जस्टिव देख रहे हो तुसी, मैं केपी सिंह टू द पॉइंट तुहाडा सब दा स्वागत करदा हां। कांग्रेस दे एमपी रमनीत सिंह बिट्टू जिहड़े कि लुधियाणा तो मैंबर पार्लीमेंट ने, उन्हां दे खिलाफ़ इस वेले सूबे विच विरोध प्रदर्शन बहुत तेज़ हो रहा है। उन्होंने एक बयान दिता सीगा, बयान की है तुहानूं भी सुनावां कि पवित्र सीटां वाला यह बयान सीगा ते उह पवित्र सीटां वाले बयान तो विवाद इन्ना भाकिया कि पॉलिटिक्स इन्नी तेज़ हो गई कि सूबे भर में पुतले फूके जा रहे रमनीत सिंह बिट्टू दे, ते एससी कमीशन तक है जिहड़ी उह शिकायत दर्ज करवा दित्ती गई है। कौमी एससी कमीशन को पहुँच गई है, सूबाई एससी कमीशन ने तलब कर लिया रमनीत सिंह बिट्टू नूं, ते इस सब दे विचाले विरोधी है जिहड़े उह सवाल पुछदे पे रमनीत बिट्टू ते, ते कांग्रेस की मानसिकता ते सवाल खड़े करदे पे। अज वड्डा सवाल इक्को पुछांगे, बिट्टू दे बयान ते कमसान क्यों? रमनीत बिट्टू ने पहला की किया सीगा ते उस तो बाद सफाई की दित्ती, ये दोनों बयान तुहानू सुनने लाजमी है, उस तो बाद डिबेट शुरू करांगे। सब तो पवित्र धरती तख्त साडा श्री आनंदपुर साहब, वो सीट है जिहड़ी वो भी आनंदपुर साहब पार्लीमेंट हल्के चंदूमाजरा दी आउंदी, चंदूमाजरा दी आउंदी सी, वो सीट है जिहड़ी वो भी बीएसपी नूं देती। फिर साडी पवित्र धरती शहबजादियां दी चमकौर साहब, वो भी आनंदपुर साहब सीट चाहुंदी चंदूमाजरा दी, वो चमकौर साहब सीट है जिहड़ी वो भी देती। पवित्र सीटां जिहड़ियां वो सारियां सीटां जिहड़ियां वो बीएसपी नूं दित्तियां। जिहड़ियां अकाली दल ने एक पंथक पार्टी होण नाते, मैं गल इह कही सी वी पंथक पार्टी होण नाते अज हालात इह आ गए वी वो पंथक सीटां जिहड़ियां ने, चाहे वह आनंदपुर श्री आनंदपुर साहब होवे, चाहे वह श्री करतारपुर साहब होवे, चाहे वह अपनी मोहाली की गल करिए, चाहे अपनी श्री चमकौर साहब की गल करिए, ਇਹ ਸੀਟਾਂ ਜਿਹੜੀਆਂ ਉਹ ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਛੱਡ ਕੇ ਭੱਜ ਗਏ। ਕਈਆਂ ਨੇ ਇਹ ਕੀ ਗੱਲ ਜੋੜੀ ਆ ਵੀ ਐਸਸੀ ਨਾਲ, ਐਸਸੀ ਵਰਗ ਨਾਲ ਗੱਲ ਜੋੜੀ। ਇਹ ਐਸਸੀ ਮਤਲਬ ਬੀਐਸਪੀ ਹੋ ਗਈ? ਮੈਨੂੰ ਇਹ ਕੋਈ ਸਮਝਾਵੇ, ਐਸਸੀ ਵਰਗ ਮਤਲਬ ਬੀਐਸਪੀ ਹੋ ਗਈ? ਇਹਦੇ ਨਾਲ ਕਿਵੇਂ ਇਹ ਜੋੜਤੀ ਤੁਸੀਂ ਗੱਲ ਵੀ ਇਹ ਜਿਹੜੀਆਂ ਧਾਰਮਿਕ ਸੀਟਾਂ ਨੇ ਉਹ ਤਾਂ ਵਿੱਚੋਂ ਜਨਰਲ ਸੀਟਾਂ ਵੀ ਨੇ, ਉਹਦੇ ਵਿੱਚ ਹੋਰ ਜ਼ਰਬ ਸੀਟਾਂ ਵੀ ਨੇ, ਤੁਸੀਂ ਐਸਸੀ ਵਰਗ ਨਾਲ ਕਿਵੇਂ ਗੱਲ ਜੋੜਤੀ? ਉਹ ਵੀ ਮੇਰੇ ਵਰਗੇ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ ਕਿ ਰਮਨੀਤ ਬਿੱਟੂ ਦੇ ਬਿਆਨ ਬਹਾਨੇ 2022 ਲਈ ਸਿਆਸਤ ਕਿਹੜਾ ਏਜੰਡਾ ਸੈੱਟ ਕਰ ਰਹੀ ਹੈ? ਇਸੇ ਸਵਾਲ ਤੇ ਬਹਿਸ ਹੋਵੇਗੀ, ਪੈਨਲ ਸਾਡਾ ਮੌਜੂਦਾ ਹੋਣਾ, ਤੁਹਾਡਾ ਤਰਫ ਕਰਾ ਰਹੇ ਫਟਾਫਟ, ਤੇ ਉਸ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਇਹਨਾਂ ਨੇ ਦਲਿਤਾਂ ਤੇ ਕੰਮ ਵੀ ਬਹੁਤ ਕੀਤਾ ਹੈਗਾ, ਤੇ ਇਸ ਕਿਸਾਨ ਸੰਘਰਸ਼ ਦੇ ਵਿਚਾਲੇ ਜਦੋਂ ਇਹੋ ਜਿਹੇ ਬਿਆਨ ਹੁੰਦੇ ਆ ਜੋ ਦਲਿਤ ਕਾਰਡ ਖੇਡੇ ਜਾਣ, ਤਾਂ ਫਿਰ ਪ੍ਰੋਫੈਸਰ ਮਨਜੀਤ ਸਿੰਘ ਦਾ ਹੋਣਾ ਲਾਜ਼ਮੀ ਹੈ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸੁਦੇਵ ਸਿੰਘ ਰੋਪੜ ਕਾਂਗਰਸ ਸਪੋਕਸਪਰਸਨ ਹੈ, ਰਮਨੀਤ ਬਿੱਟੂ ਦੇ ਬਿਆਨ ਅਕਸਰ ਜਿਹੜੇ ਕਾਂਗਰਸ ਨੂੰ ਦੁਬਧਾ ਵਿੱਚ ਫਸਾ ਦਿੰਦੇ ਆ, ਤੇ ਇਹ ਬਿਆਨ ਨੇ ਵੀ ਦੁਬਧਾ ਵਿੱਚ ਫਸਾ ਦਿੱਤਾ, ਕਾਂਗਰਸ ਨੂੰ ਸਮਝ ਨਹੀਂ ਆ ਰਹੀ ਹੁਣ ਕਰੀਏ ਕੀ, ਤੇ ਸੁਦੇਵ ਸਿੰਘ ਰੋਪੜ ਉਹਦਾ ਜਵਾਬ ਦੇਣਗੇ। ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਾਹਿਲ ਸਾਂਪਲਾ ਇਹ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ, ਤੇ ਸਾਹਿਲ ਸਾਂਪਲਾ ਦੀ ਪਾਰਟੀ ਨੇ ਇੱਕ ਨਵਾਂ ਪੱਤਾ ਖੱਡਿਆ ਸੂਬੇ ਦੇ ਵਿੱਚ, ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਕਾਲੀ ਦਲ ਦੇ ਪਿੱਛੇ ਪਿੱਛੇ ਜਾ ਰਹੇ ਆ ਜਾਂ ਅਕਾਲੀ ਦਲ ਤੋਂ ਅੱਗੇ ਜਾ ਰਹੇ ਆ, ਸਵਾਲ ਬਹੁਤ ਸਾਰੇ ਇਹਨਾਂ ਤੋਂ ਵੀ ਹੋਣਗੇ। ਸਾਹਿਲ ਸਾਂਪਲਾ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਿਤ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਪਰਸਨ ਹੈ, ਕਲੇਰ ਸਾਹਿਬ ਦੀ ਪਾਰਟੀ ਦਾ ਬੀਐਸਪੀ ਨਾਲ ਗੱਠਜੋੜ ਹੋਇਆ, ਤੇ ਜਦੋਂ ਗੱਠਜੋੜ ਹੋਇਆ ਤੇ ਪਹਿਲੀ ਰੈਲੀ ਇਹਨਾਂ ਨੇ ਕੀਤੀ ਇਕੱਠਿਆਂ ਨੇ, ਪਹਿਲਾ ਪ੍ਰੋਟੈਸਟ ਇਕੱਠਿਆਂ ਨੇ ਕੀਤਾ, ਉਦੋਂ ਇਸ ਬਿਆਨ ਨੂੰ ਅਹਿਮੀਅਤ ਜ਼ਿਆਦਾ ਦੇ ਦਿੱਤੀ ਗਈ। ਜਸਵੀਰ ਸਿੰਘ ਗੜੀ ਨੇ ਉੱਥੇ ਖੜ ਕੇ ਇਹ ਬਿਆਨ ਦਿੱਤੇ ਆ, ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਐਸਸੀ ਕਮਿਸ਼ਨ ਕੋਲੇ ਪਹੁੰਚ ਕੀਤੀ ਹੈ, ਇਸ ਕਰਕੇ ਨਾਮ ਸੱਦਿਆ। ਅਰਸ਼ਿਤ ਸਿੰਘ ਕਲੇਰ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਸੁਦੇਵ ਸਿੰਘ ਰੋਪੜ ਤੁਹਾਨੂੰ ਕਰਨਾ ਚਾਹੁੰਦਾ। ਸੁਦੇਵ ਸਿੰਘ ਰੋਪੜ, ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਪੰਜਾਬ ਨੂੰ, ਪੰਜਾਬ ਦੇ ਚੱਪੇ ਚੱਪੇ 'ਤੇ ਪੈਰ ਧਰਿਆ ਗੁਰੂਆਂ ਪੀਰਾਂ ਨੇ, ਪੰਜਾਬ ਦੇ ਵਿੱਚ ਅਪਵਿੱਤਰ ਸੀਟਾਂ ਕਿਹੜੀਆਂ ਅਤੇ ਪਵਿੱਤਰ ਸੀਟਾਂ ਕਿਹੜੀਆਂ? ਸਰ ਪਹਿਲਾਂ ਤੁਸੀਂ ਦੱਸ ਦਿਉ, ਉਸ ਤੋਂ ਬਾਅਦ ਮੈਂ ਬਿੱਟੂ ਸਾਹਿਬ ਵਾਲੇ ਬਿਆਨ 'ਤੇ ਗੱਲ ਕਰ ਲਊਂਗਾ। ਰੋਪੜ ਸਾਹਿਬ ਦੇਖੋ, ਸਾਡੀ ਸਾਰੀ ਧਰਤੀ, ਸਾਡੀ ਸਾਰੀ ਮਿੱਟੀ ਪੰਜਾਬ ਦੀ ਇਹ ਪਵਿੱਤਰ ਹੈ। ਅਪਵਿੱਤਰ ਵਾਲੇ ਇਹਦੇ 'ਚ ਕੋਈ ਹੈ ਨਹੀਂ ਵੀ ਕੋਈ ਅਪਵਿੱਤਰ ਜਾਂ ਅਪਵਿੱਤਰ ਹੈ। ਇਸ ਕਰਕੇ ਸਾਡੇ ਸਾਰੇ ਪੰਜਾਬ ਦੀ ਧਰਤੀ, ਜਿਹਨੇ ਕਿ ਕਿਸੇ ਸਮੇਂ ਦੇ ਵਿੱਚ 70% ਤੱਕ ਵੀ, ਹੁਣ ਵੀ 50 ਤੋਂ 55% ਤੱਕ ਪੰਜਾਬ ਦੇ ਲੋਕਾਂ, ਸਾਰੇ ਦੇਸ਼ ਦੇ ਲੋਕਾਂ ਨੂੰ ਜਿਹੜਾ ਹੈਗਾ ਅਤੇ ਅੰਨ ਭੰਡਾਰ ਭਰੇ ਆ। ਇਸ ਕਰਕੇ ਇੱਦੂ ਪਵਿੱਤਰ ਧਰਤੀ ਹੋਰ ਕਿਹੜੀ ਹੋ ਸਕਦੀ ਹੈ? ਔਰ ਬਾਕੀ ਸਾਡੇ 10 ਗੁਰੂਆਂ ਦਾ ਇੱਥੇ ਅਤੇ ਬਾਕੀ ਹੋਰ ਰਿਸ਼ੀਆਂ ਮੁਨੀਆਂ ਦਾ ਸਾਡੇ ਦੇ ਅਤੇ ਪੂਰਾ ਹੱਥ ਹੈ। ਇਸ ਕਰਕੇ ਅਸੀਂ ਇਸ ਧਰਤੀ ਨੂੰ ਅਪਵਿੱਤਰ ਤਾਂ ਕਹਿ ਹੀ ਨਹੀਂ ਸਕਦੇ, ਇਹ ਇੱਕ ਬੜੀ ਪਵਿੱਤਰ ਧਰਤੀ ਹੈ ਪੰਜਾਬ ਦੀ ਸਾਰੀ ਦੀ ਸਾਰੀ। ਅਤੇ ਫਿਰ ਰਮਨੀਤ ਬਿੱਟੂ ਦੇ ਬਿਆਨ 'ਤੇ ਮਾਫ਼ੀ ਮੰਗ ਲਓ। ਦੇਖੋ ਰਮਨੀਤ ਬਿੱਟੂ ਜੀ, ਆਪਣੀ ਜਿਹੜੀ ਗੱਲ ਹੈਗੀ ਆਪ ਹੀ ਉਹ ਗੱਲ ਕਹਿ ਆਪਦਾ ਜਿਹੜਾ ਹੈਗਾ ਉਹ ਸਫਾਈ ਵੀ ਦੇ ਚੁੱਕੇ ਆ। ਔਰ ਦੂਜੀ ਗੱਲ ਜਿਹੜੀ ਗੱਲ ਜਿਸ ਗੱਲ ਨੂੰ ਹੁਣ ਅਸੀਂ ਜ਼ਿਆਦਾ ਜਿਹੜੀ ਤੂਲ ਦਿੱਤੀ ਜਾ ਰਹੀ ਹੈ ਸਿਆਸੀ ਪਾਰਟੀਆਂ ਵੱਲੋਂ,
जे असीं चमकौर साहब देखिए चमकौर साहब तां वैसे ही एक रिजर्व सीट है हमेशा ही उत्थों दलित ने लड़ना इस करके उत्थे पवित्र जां अपवित्र दा तां रट्टा ही कोई नहीं हैगा ਇਹ ਕੋਈ ਗੱਲ ਹੈਗੀ ਇਸ ਗੱਲ ਨੂੰ ਸਿਰਫ ਕਿਉਂਕਿ ਇਲੈਕਸ਼ਨ ਈਅਰ ਹੈ ਤਾਂ ਜਾਣਬੁੱਝ ਕੇ ਜਿਹੜੀ ਹੈਗੀ ਤੂਲ ਦਿੱਤੀ ਜਾ ਰਹੀ ਹੈ ਹੋਰ ਇਹਦੇ ਵਿੱਚ ਐਡੀ ਕੋਈ ਇਹੋ ਜਿਹੀ ਗੱਲ ਨਹੀਂ ਔਰ ਬਿੱਟੂ ਸਾਡੇ ਸਰਦਾਰ ਰਮਨੀਤ ਸਿੰਘ ਬਿੱਟੂ ਆਪਣੀ ਜਿਹੜੀ ਗੱਲ ਹੈ ਉਹਦੀ ਕਲੈਰੀਫਿਕੇਸ਼ਨ ਆਲਰੇਡੀ ਦੇ ਚੁੱਕੇ ਨੇ ਸਾਹਿਲ ਸੈਂਪਲਾ ਤੁਸੀਂ ਕੌਮੀ ਐਸਸੀ ਕਮਿਸ਼ਨ ਕੋਲੇ ਪਹੁੰਚ ਗਏ ਕੀ ਗੱਲ ਹੋ ਗਈ ਇੱਥੇ ਕੋਈ ਸੁਣਵਾਈ ਨਹੀਂ ਕਰਦਾ ਪੰਜਾਬ ਦੇ ਵਿੱਚ ਸੁਭਾਈ ਐਸਸੀ ਕਮਿਸ਼ਨ ਕੋਲ ਨਹੀਂ ਪਹੁੰਚ ਸਕਦੇ ਸੀ ਆਪਾਂ ਕੌਮੀ ਐਸਸੀ ਕਮਿਸ਼ਨ ਕੋਲ ਚਲੇ ਗਏ ਕਿ ਉੱਥੇ ਅਕਾਲੀ ਦਲ ਚਲਾ ਗਿਆ ਸੀ ਇਸ ਕਰਕੇ ਤੁਹਾਨੂੰ ਚੰਗਾ ਨਹੀਂ ਲੱਗਿਆ ਵੀ ਭਾਈ ਅਸੀਂ ਉੱਥੇ ਜਾਈਏ ਨਾਲੇ ਘਰ ਦੀ ਗੱਲ ਹੈ ਦੇਖੋ ਕੇਪੀ ਸਾਹਿਬ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਕੀ ਗੱਲ ਹੈ ਤੁਸੀਂ ਨੈਸ਼ਨਲ ਐਸਸੀ ਕਮਿਸ਼ਨ ਦੇ ਕੋਲ ਪਹੁੰਚ ਗਏ ਤੁਹਾਡੀ ਪੰਜਾਬ 'ਚ ਸੁਣਵਾਈ ਨਹੀਂ ਸੀ ਹੁੰਦੀ ਤੁਸੀਂ ਬਿਲਕੁਲ ਠੀਕ ਗੱਲ ਕਿਹਾ ਹੁਣੀ ਸੁਖਦੇਵ ਸਿੰਘ ਰੋਪੜ ਜੀ ਗੱਲ ਕਹਿ ਰਹੇ ਸੀਗੇ ਕਿ ਬਿੱਟੂ ਜੀ ਦਾ ਇਹ ਗੱਲ ਜਿਹੜਾ ਸੀ ਕਹਿਣ ਦਾ ਉਹਦਾ ਉਹ ਮਤਲਬ ਨਹੀਂ ਸੀ ਉਹ ਗੱਲ ਉਹ ਨਹੀਂ ਕਹਿਣਾ ਚਾਹੁੰਦੇ ਮੈਂ ਇਹਨਾਂ ਦੀ ਗੱਲ ਮੰਨਣ ਨੂੰ ਤਿਆਰ ਹਾਂ ਪਰ ਇਸੇ ਗੱਲ ਤੇ ਕਿਹਾ ਪੰਜਾਬ ਕਾਂਗਰਸ ਵੱਲੋਂ ਕੋਈ ਬਿਆਨ ਜਾਰੀ ਕੀਤਾ ਗਿਆ ਕਿਸੇ ਨੇ ਇਸ ਚੀਜ਼ ਨੂੰ ਕਿਹਾ ਕਿ ਅਸੀਂ ਉਸ ਚੀਜ਼ ਨੂੰ ਨਿੰਦਾ ਬਿੱਟੂ ਜੀ ਦਾ ਜਿਹੜਾ ਬਿਆਨ ਸੀ ਉੱਤੇ ਸਾਨੂੰ ਪੂਰੀ 100% ਜਿਹੜੀ ਆ ਇਹ ਯਕੀਨ ਸੀ ਕਿ ਪੰਜਾਬ ਸਰਕਾਰ ਵੱਲੋਂ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਇਸੇ ਕਰਕੇ ਸਾਡੇ ਪਾਰਟੀ ਦੇ ਜਿਹੜੇ ਅਧਿਅਕਸ਼ ਨੇ ਮਾਨੀ ਅਸ਼ਨੀ ਸ਼ਰਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਵਫਦ ਹੈ ਉਹ ਨੈਸ਼ਨਲ ਐਸਸੀ ਕਮਿਸ਼ਨ ਨੂੰ ਮਿਲਿਆ ਸੋ ਜਿਹੜੀ ਉਹਨਾਂ ਦੀ ਸੋਚ ਆ ਜਿਹੜੀ ਉਹਨਾਂ ਦੀ ਮਾਨਸਿਕਤਾ ਹੈ ਕਾਂਗਰਸ ਦੀ ਮੈਂ ਕੱਲੀ ਰਵਨੀਤ ਬਿੱਟੂ ਦੀ ਗੱਲ ਨਹੀਂ ਕਰਾਂਗਾ ਪੂਰੇ ਕਾਂਗਰਸ ਦੀ ਮੈਂ ਉਹਨਾਂ ਦੀ ਪੂਰੀ ਪਾਰਟੀ ਦੀ ਜਿਹੜੀ ਮਾਨਸਿਕਤਾ ਉਹ ਦੋਹਰੀ ਮਾਨਸਿਕਤਾ ਦੇ ਸ਼ਿਕਾਰ ਨੇ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਕਿ ਇਹਨਾਂ ਨੇ ਕੁਛ ਨਹੀਂ ਕਰਨਾ ਸਿਰਫ ਬਿਆਨਬਾਜ਼ੀ ਕਰਨੀ ਹੈ ਹੋਰ ਕੁਛ ਨਹੀਂ ਕਰਨਾ ਕੋਈ ਕਾਰਵਾਈ ਨਹੀਂ ਕਰਨੀ ਇਹਨਾਂ ਹੀ ਗੱਲਾਂ ਨੂੰ ਦੇਖਦੇ ਹੋਏ ਅਸੀਂ ਨੈਸ਼ਨਲ ਸਾਹਿਲ ਸੈਂਪਲਾ ਜੀ ਤੁਸੀਂ ਕਹਿੰਦੇ ਆ ਸੂਬੇ ਦੇ ਵਿੱਚ ਸੁਣਵਾਈ ਨਹੀਂ ਹੈਗੀ ਸੀ ਸੂਬੇ ਨੇ ਤਾਂ ਤਲਬ ਕਰ ਲਿਆ ਰਮਨੀਤ ਬਿੱਟੂ ਨੂੰ 22 ਜੂਨ ਨੂੰ ਤੁਹਾਡੇ ਐਸਸੀ ਕਮਿਸ਼ਨ ਨੇ ਕੀ ਕੀਤਾ ਫਿਰ ਸਰ ਸਰ ਜਿਸ ਦਿਨ ਕੱਲ੍ਹ ਹੀ ਜਿੱਦਾਂ ਮਿਲੇ ਨੇ ਅਸ਼ਨੀ ਸ਼ਰਮਾ ਜੀ ਸਾਡੇ ਵਫਦ ਮਿਲਿਆ ਨੇ ਔਰ ਮੈਨੂੰ ਜੋ ਪਤਾ ਲੱਗ ਰਿਹਾ ਕਿ ਥੋੜੇ ਦਿਨਾਂ ਦੇ ਵਿੱਚ ਕੱਲ੍ਹ ਜਾਂ ਪਰਸੋਂ ਦੇ ਵਿੱਚ ਉਹਨਾਂ ਨੂੰ ਨੈਸ਼ਨਲ ਕਮਿਸ਼ਨ ਵੱਲੋਂ ਵੀ ਕਾਲ ਕੀਤਾ ਜਾ ਰਿਹਾ ਹੈ ਜੇ ਪੰਜਾਬ ਐਸਸੀ ਕਮਿਸ਼ਨ ਨੇ ਕੀਤਾ ਸਰ ਮੈਂ ਤੁਹਾਨੂੰ ਦੱਸ ਦੇਣਾ ਚਾਹੂੰਗਾ ਐਸਸੀ ਕਮਿਸ਼ਨ ਜਿਹੜਾ ਹੈ ਕੋਈ ਇਹ ਇੱਕ ਕੰਸਟੀਟਿਊਸ਼ਨਲ ਬੋਡੀ ਹੈ ਇਹਨੂੰ ਆਪਾਂ ਪੰਜਾਬ ਸਰਕਾਰ ਦਾ ਹਿੱਸਾ ਨਾ ਮੰਨ ਕੇ ਚੱਲੀਏ ਇਹਨੂੰ ਇਹ ਨਾ ਮੰਨਿਆ ਜਾਵੇ ਕਿ ਕਾਂਗਰਸ ਨੇ ਤਲਬ ਕੀਤਾ ਜਾਂ ਕਾਂਗਰਸ ਇਹ ਐਸਸੀ ਕਮਿਸ਼ਨ ਇੱਕ ਕੰਸਟੀਟਿਊਸ਼ਨਲ ਬੋਡੀ ਹੈ ਉਹਨਾਂ ਨੇ ਆਪਣੀਆਂ ਪਾਵਰਸ ਜਿਹੜੀਆਂ ਨੇ ਉਹਨੂੰ ਵਰਤਿਆ ਤੇ ਸਰ ਕੰਸਟੀਟਿਊਸ਼ਨਲ ਬੋਡੀਜ਼ ਹੈ ਤੇ ਫਿਰ ਕੰਸਟੀਟਿਊਸ਼ਨਲ ਬੋਡੀ ਕੋਲੇ ਪਹਿਲੀ ਕੋਲੇ ਜਾਂਦੇ ਤੁਸੀਂ ਤੁਸੀਂ ਗਾਂਹ ਕੋ ਚਲੇ ਗਏ ਕਿ ਤੁਹਾਨੂੰ ਲੱਗਦਾ ਕਿ ਹੁਣ ਦਲਿਤ ਕਾਰਡ ਵਾਲੀ ਸਿਆਸਤ ਤਾਂ ਉੱਪਰੋਂ ਚਲਾਈਏ ਆਪਾਂ ਸਰ ਤੁਸੀਂ ਵੀ ਜਾਣਦੇ ਹੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਪੁੱਛ ਰਹੇ ਹੋ ਕਿ ਤੁਸੀਂ ਗਾਂਹ ਕਿਉਂ ਚਲੇ ਗਏ ਅਸੀਂ ਕਿਹੜੀ ਕਾਂਗਰਸ ਤੋਂ ਨਿਆਂ ਦੀ ਉਮੀਦ ਰੱਖੀਏ ਉਸੇ ਕਾਂਗਰਸ ਤੋਂ ਸਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸੰਵਿਧਾਨਕ ਬੋਡੀ ਹੈ ਸਾਂਪਲਾ ਸਾਹਿਬ ਇੱਕ ਪਾਸੇ ਤੁਸੀਂ ਕਹਿ ਰਹੇ ਸੰਵਿਧਾਨਕ ਬੋਡੀ ਹੈ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਾਂਗਰਸ ਦੀ ਹੈ ਸਰ ਮੈਂ ਤਾਂ ਵੰਡ ਹੀ ਰਿਹਾ ਵੰਡ ਤਾਂ ਤੁਸੀਂ ਰਹੇ ਹੋ ਇਹ ਕਾਂਗਰਸ ਦੀ ਹੈ ਬੀਜੇਪੀ ਦੀ ਹੈ ਮੈਂ ਤਾਂ ਸਵਾਲ ਸਰ ਇਹ ਪੁੱਛ ਰਿਹਾ ਮੈਂ ਤੁਹਾਡਾ ਸਵਾਲ ਦਾ ਜਵਾਬ ਦੇ ਰਿਹਾ ਕਿਆ ਕਿਸੇ ਵੀ ਕਾਨੂੰਨ ਔਰ ਕਿਸੇ ਵੀ ਲਾਅ ਦੇ ਵਿੱਚ ਕਿਤੇ ਬਾੜ ਹੈ ਕਿ ਅਸੀਂ ਨੈਸ਼ਨਲ ਐਸਸੀ ਕਮਿਸ਼ਨ ਤੋਂ ਨਹੀਂ ਜਾ ਸਕਦੇ ਨਹੀਂ ਜਾਓ ਸਰ ਜੀ ਸਦਕੇ ਜਾਓ ਕੌਣ ਰੋਕ ਰਿਹਾ ਤੁਹਾਨੂੰ ਮੈਂ ਤਾਂ ਸਵਾਲ ਕਰ ਰਿਹਾ ਜਾ ਕਿਉਂ ਰਹੇ ਹੋ ਮੈਂ ਤਾਂ ਸਵਾਲ ਇਹ ਕਰ ਰਿਹਾ ਜਾ ਕਿਉਂ ਰਹੇ ਹੋ ਜਾ ਇਸ ਲਈ ਰਹੇ ਹਾਂ ਜਾ ਇਸੇ ਕਰਕੇ ਰਹੇ ਹਾਂ ਕਿਉਂਕਿ ਇਸ ਬਿਆਨ ਤੋਂ ਬਾਅਦ ਇਹ ਜਿਸ ਤੁਸੀਂ ਐਸਸੀ ਕਮਿਸ਼ਨ ਦੀ ਗੱਲ ਕਰ ਰਹੇ ਸਰ ਇਹ ਵੀ ਕੱਲ੍ਹ ਹੀ ਪਤਾ ਲੱਗਾ ਉਦੋਂ ਤੱਕ ਜਦੋਂ ਤੱਕ ਵਫਦ ਗਿਆ ਹੈ ਉਦੋਂ ਤੱਕ ਇਸ ਤੇ ਕਿਸੇ ਦਾ ਕੋਈ ਬਿਆਨ ਨਹੀਂ ਸੀ ਠੀਕ ਹੈ ਅਰਸ਼ਦ ਕਲੀਅਰ ਇਸ ਪੂਰੇ ਮੁੱਦੇ ਤੇ ਤੁਹਾਡੇ ਤੇ ਇਲਜ਼ਾਮ ਇਹ ਹੈ ਕਿ ਗੱਠਜੋੜ ਬਣਾ ਕੇ ਤੁਸੀਂ ਵੀ ਦਲਿਤ ਪੱਤੇ ਦੇ ਸਹਾਰੇ ਦੁਬਾਰਾ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਵਿੱਚੋਂ ਬਿੱਟੂ ਦਾ ਬਿਆਨ ਤੁਹਾਡੇ ਲਈ ਇੰਨਾ ਮਹੱਤਵਪੂਰਨ ਨਹੀਂ ਤੁਹਾਡੇ ਲਈ ਇਹ ਬਿਆਨ ਮਹੱਤਵਪੂਰਨ ਹੈ ਕਿ ਬੀਐਸਪੀ ਨਾਲ ਤੁਹਾਡਾ ਗੱਠਜੋੜ ਹੈ ਤੇ ਹੁਣ ਜੇ ਦਲਿਤ ਕਾਰਡ ਚੰਗੀ ਤਰ੍ਹਾਂ ਨਾ ਖੇਡਿਆ ਫਿਰ ਪਿੱਛੇ ਰਹਿ ਜਾਗੇ ਬਹੁਤ ਕਲੀਅਰ ਸਾਹਿਬ ਨਹੀਂ ਕੇਪੀ ਜੀ ਜਿੱਥੇ ਗੱਲ ਵੋਟ ਦੀ ਹੈ ਸਿਆਸਤ ਦੀ ਹੈ ਉਹ ਡਿਫਰੈਂਟ ਇਸ਼ੂ ਹੈ ਗੱਲ ਉਹਦੇ ਸਭ ਤੋਂ ਮੰਦਭਾਗੀ ਗੱਲ ਕੀ ਹੈ ਕਿ ਰਵਨੀਤ ਬਿੱਟੂ ਨੇ ਉਸ ਹਲਕੇ ਦੀ ਨੁਮਾਇੰਦਗੀ ਕੀਤੀ ਹੈ ਆਨੰਦਪੁਰ ਸਾਹਿਬ ਦੀ ਔਰ ਉਸ ਹਲਕੇ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਉਹਨਾਂ ਨੂੰ ਸਿੱਖੀ ਇਤਿਹਾਸ ਦੀ ਜਾਣਕਾਰੀ ਨਹੀਂ ਮੈਂ ਰਵਨੀਤ ਬਿੱਟੂ ਨੂੰ ਦੱਸਣਾ ਚਾਹੁੰਦਾ ਕਿ ਜਿਸ ਧਰਤੀ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਗਏ ਉਸੇ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਨੇ ਭਾਈ ਜੈਤਾ ਜੀ ਨੂੰ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਤੇ ਸ਼ਰਮ ਦੀ ਗੱਲ ਹੈ ਕਿ ਇਸ ਬੰਦੇ ਨੂੰ ਉਹ ਸਿੱਖੀ ਇਤਿਹਾਸ ਨਹੀਂ ਪਤਾ ਤੇ ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਨੂੰ ਪਵਿੱਤਰ ਤੇ ਅਪਵਿੱਤਰ ਕਹਿ ਰਿਹਾ ਸੋ ਅੱਜ ਮੈਂ ਸੁਖਦੇਵ ਰੋਪੜ ਸਾਹਿਬ ਦੀ ਗੱਲ ਤੇ ਵੀ ਹੈਰਾਨ ਹਾਂ ਕਿਉਂਕਿ ਮੈਂ ਰੋਪੜ ਸਾਹਿਬ ਨੂੰ ਸਮਝਦਾ ਕਿ ਇੱਕ ਬਹੁਤ ਬੇਬਾਕ ਬੁਲਾਰੇ ਨੇ ਸੋ ਅੱਜ ਮੈਂ ਰੋਪੜ ਸਾਹਿਬ ਨੂੰ ਕਹੂੰਗਾ ਕਿ ਟੀਵੀ ਉੱਤੇ ਕਲੈਰੀਫਾਈ ਕਰਨ ਕਿ ਕੀ ਕਾਂਗਰਸ ਜਾਂ ਕਾਂਗਰਸ ਦਾ ਹਰ ਇੱਕ ਬੰਦਾ ਸ਼ਰਮਿੰਦਾ ਹੈ ਰਵਨੀਤ ਬਿੱਟੂ ਦੇ ਇਸ ਗੰਦੇ ਬਿਆਨ ਦੇ ਉੱਤੇ ਜਾਂ ਕਾਂਗਰਸ ਉਹਦੇ ਤੇ ਪੋਚਾ ਮਾਰਨਾ ਚਾਹੁੰਦੀ ਹੈ
ਜਿੱਦਾਂ ਰਵਨੀਤ ਬਿੱਟੂ ਦੇ ਜਿਹੜੇ ਪਹਿਲਾਂ ਦਾਦਾ ਜੀ ਨੇ ਜੋ ਪੰਜਾਬ ਦੇ ਵਿੱਚ ਕੀਤਾ ਉਹਦੇ ਉੱਤੇ ਅੱਜ ਤੱਕ ਕਾਂਗਰਸ ਪੋਚੇ ਮਾਰਦੀ ਆਈ ਹੈ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਊਂਗਾ, ਕਾਂਗਰਸ ਤੇ ਸਵਾਲ ਹੋਊਗਾ ਜ਼ਰੂਰ। ਬਿੱਟੂ ਦੇ ਬਿਆਨ 'ਤੇ ਕਾਂਗਰਸ ਆਪਦੇ ਆਪ ਨੂੰ ਫਸਿਆ ਮਹਿਸੂਸ ਕਰਦੀ ਹੈ ਜਾਂ ਕਾਂਗਰਸ ਨੂੰ ਕੁਛ ਹੋਰ ਜਾਪਦਾ ਪਿਆ, ਜਾਂ ਕਾਂਗਰਸ ਇਸ ਮੁੱਦੇ 'ਤੇ ਬਿੱਟੂ ਦੇ ਬਿਆਨ ਤੋਂ ਪਾਸੇ ਹੋਣ ਦੀ ਕੋਸ਼ਿਸ਼ ਵਿੱਚ ਹੈ? ਬਹੁਤ ਸਾਰੇ ਸਵਾਲ ਹੈ, ਪਰ ਬਿੱਟੂ ਦੇ ਬਿਆਨ ਦੇ ਵਿਚਾਲੇ ਕਿਤੇ ਇਹ ਵੋਟ ਪੋਲਰਾਈਜੇਸ਼ਨ ਵਾਲਾ ਮਾਮਲਾ ਤਾਂ ਨਹੀਂ ਹੈਗਾ? ਇਸ ਨੂੰ ਸਮਝ ਜ਼ਰੂਰਤ ਹੈ ਕੀ ਹੈ। ਬਿੱਟੂ ਦੇ ਬਿਆਨ ਦੇ ਬਹਾਨੇ ਕੀ ਨੇ ਨਿਸ਼ਾਨੇ? ਵਾਪਸ ਫਿਰ ਆ ਰਿਹਾ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਬਿੱਟੂ ਦੇ ਬਿਆਨ 'ਤੇ ਕਮਸਾਨ ਕਿਉਂ? ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਰਵਨੀਤ ਬਿੱਟੂ ਦੇ ਬਿਆਨ ਬਹਾਨੇ 2022 ਲਈ ਸਿਆਸਤ ਕਿਹੜਾ ਏਜੰਡਾ ਸੈੱਟ ਕਰ ਰਹੀ ਹੈ? ਪ੍ਰਸਮਨਜੀਤ ਸਿੰਘ, ਬਹੁਤ ਸਿੱਧਾ ਸਵਾਲ ਹੈ ਸਰ, ਰਵਨੀਤ ਬਿੱਟੂ ਜਿਹੜੀ ਪੋਲੀਟਿਕਸ ਹੈ ਲੁਧਿਆਣਾ ਦੇ ਵਿੱਚ, ਉਸ ਪੋਲੀਟਿਕਸ ਨੂੰ ਜੇ ਮੈਂ ਧਿਆਨ ਵਿੱਚ ਰੱਖਦਾ ਹੋਇਆ ਇਹ ਮੰਨ ਲਵਾਂ ਕਿ ਰਵਨੀਤ ਬਿੱਟੂ ਦੇ ਬਿਆਨ ਦੇ ਨਾਲ ਬਿੱਟੂ ਆਪਦੇ ਆਪਦਾ ਵੋਟ ਪੋਲੀਟਿਕਸ ਆ ਉਹ ਤਾਂ ਸੈੱਟ ਕਰ ਗਏ, ਕੰਸੋਲੀਡੇਟ ਕਰ ਗਏ ਅਤੇ ਕਾਂਗਰਸ ਨੂੰ ਫਸਾ ਗਏ, ਤੁਸੀਂ ਕੀ ਸਮਝਦੇ ਹੋ ਪ੍ਰਸਮਨਜੀਤ ਸਿੰਘ ਕਿ ਪੂਰੀ ਕਾਂਗਰਸ ਨੇ ਬਿੱਟੂ ਫਸ ਗਏ? ਨਹੀਂ, ਫਿਰ ਇਹੀ ਗੱਲ ਹੈ ਨਾ ਕਿ ਇਹਦਾ ਮਤਲਬ ਜੋ ਪਾਰਟੀ ਦੇ ਅੰਦਰ ਇਸ ਵੇਲੇ ਘਮਾਸਾਨ ਦਾ ਯੁੱਧ ਚੱਲ ਰਿਹਾ ਉਹਦੇ ਵਿੱਚ ਨਿੱਧੀ ਹਮੇਸ਼ਾ ਨਿੱਜੀ ਮਫਾਦ ਜ਼ਿਆਦਾ ਪਹਿਲਾਂ ਆ ਜਾਂਦੇ ਆ ਔਰ ਪਾਰਟੀ ਦੀ ਪੋਲਿਟਿਕਸ ਤੇ ਪਾਰਟੀ ਦੇ ਜਿਹੜੇ ਮੁੱਦੇ ਆ ਉਹ ਪਿੱਛੇ ਰਹਿ ਜਾਂਦੇ ਆ। ਇਹ ਹਮੇਸ਼ਾ ਹੀ ਇਹੋ ਜਿਹਾ ਕੁਛ ਨਾ ਕੁਛ ਕਰਦੇ ਆ, ਉੱਥੇ ਜੰਤਰ ਮੰਤਰ ਵੀ ਬੈਠੇ ਰਹੇ, ਫਿਰ ਕਿਸਾਨਾਂ ਨਾਲ ਵੀ ਪੰਗੇ ਲਏ, ਫਿਰ ਜਿੰਨਾ ਰਵਨੀਤ ਬਿੱਟੂ ਇਹਨਾਂ ਨੂੰ ਅੰਬੈਰਸ ਕਰਦਾ, ਪਤਾ ਨਹੀਂ ਇਹਦੇ ਤੇ ਕੋਈ ਬੋਲਦੇ ਕਿਉਂ ਨਹੀਂ, ਕਿਹੜੀ ਉਹਦੇ ਕੋਲ ਐਡੀ ਸਾਰੀ ਕੋਈ ਗਿੱਦੜ ਸਿੰਘੀ ਆ ਜਿਹੜੀ ਸੰਘਾ ਕੇ ਇਹਨਾਂ ਨੂੰ ਚੁੱਪ ਕਰਾ ਕੇ ਰੱਖਦੇ ਆ? ਇਹ ਛੋਟੀ ਗੱਲ ਨਹੀਂ ਕਹੀ ਜੋ ਉਹਨਾਂ ਨੇ ਕਿਹਾ ਆ। ਹੁਣ ਦੇਖੋ ਜੋ ਮਰਜ਼ੀ ਮਤਲਬ ਕੱਢੀ ਜਾਣ, ਰੋਪੜ ਜੀ ਕਹਿੰਦੇ ਆ ਜੀ ਉਹਨਾਂ ਨੇ ਆਪਣਾ ਐਕਸਪਲੇਨ ਕਰਤਾ, ਐਕਸਪਲੇਨ ਕਰਨਾ ਕਾਫੀ ਨਹੀਂ ਹੈ, ਇੱਕ ਵਾਰੀ ਨਹੀਂ ਕਿਹਾ, ਚਾਰ ਸੀਟਾਂ ਤੇ ਕਿਹਾ, ਔਰ ਲਗਾਤਾਰ ਇਹ ਕਿਹਾ ਕਿ ਉਹ ਸੀਟਾਂ ਪਵਿੱਤਰ, ਇਹ ਰਾਜਨੀਤੀ ਦੀ ਜਿਹੜੀ ਸੱਤਾ ਦੀ ਜਿਹੜਾ ਨਸ਼ਾ ਇਹਨਾਂ ਦੇ ਸਿਰ ਤੇ ਇੰਨਾ ਚੜਿਆ ਰਹਿੰਦਾ ਆ ਕਿ ਇਹਨਾਂ ਨੂੰ ਇਹ ਵੀ ਕਹਿਣਾ ਭੁੱਲ ਜਾਂਦਾ ਕਿ ਜਾਂ ਤੇ ਧਰਤੀ ਪਵਿੱਤਰ ਜਾਂ ਕੋਈ ਹੋਰ ਚੀਜ਼ ਪਵਿੱਤਰ ਕਹਿੰਦੇ, ਉਹ ਸੀਟਾਂ ਦਾ ਪਵਿੱਤਰ ਕਹਿ ਰਹੇ ਆ ਕਿ ਸੱਚਾ ਇਹ ਜਿਹੜੀ ਸੀ ਪਵਿੱਤਰ ਸੀਟ ਨੂੰ ਇੰਜ ਕਰ ਦਿੱਤਾ, ਜਾਣੀ ਸੀਟ ਤੇ ਇੱਕ ਸੱਤਾ ਦਾ ਇੱਕ ਗੇੜਾ ਵਾਲੀ ਚੀਜ਼ ਹੈਗੀ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਕੇਪੀ ਸਿੰਘ ਜੋ ਭਾਸ਼ਾ ਉਹਨਾਂ ਨੇ ਵਰਤੀ ਹੈ ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਉਹ ਉਹਨਾਂ ਦੀ ਬੜੀ ਗਲਤ ਬਿਆਨੀ ਸੀ, ਭਾਵੇਂ ਉਹਨਾਂ ਦਾ ਮਤਲਬ ਨਾ ਵੀ ਹੋਵੇ ਪਰ ਜਿਹੜਾ ਸੁਣੂਗਾ ਉਹਦਾ ਮਤਲਬ ਉਹੀ ਹੈ ਜੋ ਲੋਕ ਕੱਢ ਰਹੇ ਆ। ਤੁਸੀਂ ਇਹ ਕਹਿੰਦੇ ਆ ਕਿ ਅਕਾਲੀ ਦਲ ਨੇ ਪਵਿੱਤਰ ਸੀਟ ਜਿਹੜੀ BSP ਨੂੰ ਛੱਡਤੀ, ਅਫਲਾਨੀ ਵੀ ਪਵਿੱਤਰ ਸੀਟ BSP, ਕੀ ਗੱਲ ਹੈ ਵੀ ਉਹ ਬੰਦੇ ਨਹੀਂ ਹੈਗੇ, ਉਹ ਦੇਸ਼ ਦੀ ਪਾਰਟੀ ਨਹੀਂ, ਉਹ ਸੰਵਿਧਾਨਿਕ ਪਾਰਟੀ ਨਹੀਂ? ਇਹ ਜਿਹੜੀ ਭਾਸ਼ਾ ਵਰਤਣੀ ਆ, ਇਸ ਕਿਸਮ ਦੇ ਪਾੜੇ ਪਾਉਣੇ, ਦਲਿਤ ਵਰਸਿਸ ਨੌਂ ਦਲਿਤ, ਫਿਰ ਉਹ ਕਹਿਣ ਦੀ ਇੱਕ ਗਲਤੀ ਕਰਨ ਤੋਂ ਬਾਅਦ ਦੂਜੀ ਗਲਤੀ ਹੋਰ ਕਰ ਰਿਹਾ। ਦੇਖੋ ਜੀ ਉੱਥੇ ਤੇ ਮਿਸ਼ਰਾ ਜੀ ਵੀ ਆਏ ਸੀਗੇ, ਉਹਨਾਂ ਦੇ ਵਿੱਚ ਤੇ ਨੌਂ ਦਲਿਤ ਵੀ ਹੈਗੇ ਆ, ਇਹ ਕੋਈ SC ਦੀ ਪਾਰਟੀ ਨਹੀਂ ਹੈ, ਤੁਹਾਡੀ ਪਾਰਟੀ ਕਿਹੜੀ ਹੈ ਦੱਸੋ? ਤਾਂ ਜੱਟ ਮਹਾਂਸਭਾ ਦਾ ਪ੍ਰਧਾਨ ਜਿਹੜਾ ਬੈਠਾ ਕਿ ਨਹੀਂ ਚੀਫ ਮਿਨਿਸਟਰ ਬਣ ਕੇ, ਕਿਉਂ ਜੱਟ ਮਹਾਂਸਭਾ, ਕੀ ਕਰਨਾ ਇੱਥੇ ਜਾਤਾਂ ਦਾ ਨਾਂ ਜੀ? ਤੁਸੀਂ ਸਾਰਿਆਂ ਨੂੰ ਪਤਾ ਕਿ ਕਿਹੜੀ ਪਾਰਟੀ ਕਿਵੇਂ ਆ, ਕਾਂਸ਼ੀ ਰਾਮ ਜੀ ਇੱਥੇ ਕੌਣ ਸੀਗੇ, ਮਾਇਆਵਤੀ ਕੌਣ ਆ, ਇਹ ਪਾਰਟੀ ਕਿਹਦੀ ਆ? ਇਹੋ ਜਿਹੀ ਭਾਸ਼ਾ ਉਹ ਵਰਤਣੀ ਬਹੁਤ ਗਲਤ ਗੱਲ ਸੀਗੀ ਔਰ ਕਾਂਗਰਸ ਲਈ ਸਾਰਿਆਂ ਲਈ ਇੱਕ ਚੰਗਾ ਦਾ ਪੇਚ ਇਹੀ ਰਹਿਣਾ ਸੀਗਾ ਕਿ ਉਹਨੂੰ ਉਸੇ ਵੇਲੇ ਦਬਾ ਕੇ ਕਹਿੰਦੇ ਉਹ ਖਬਰਦਾਰ ਤੂੰ ਸਾਨੂੰ ਉੱਤੇ ਚੋਣਾਂ ਸਿਰ ਤੇ ਆਈਆਂ ਤੂੰ ਮਾਫ਼ੀ ਮੰਗ। ਉਹ ਇਹਨਾਂ ਨੇ ਨਹੀਂ ਕਿਹਾ, ਜੇ ਉਹਨੇ ਨਹੀਂ ਕਿਹਾ ਤੇ ਉਹਦੇ ਬਿਹਾਫ ਤੇ ਸੁਨੀਲ ਜਾਖੜ ਕਹਿ ਦਿੰਦੇ ਕਿ ਸਾਨੂੰ ਦੇਖੋ ਜੀ ਇਹ ਬੜੀ ਅੰਬੈਰਸਿੰਗ ਗੱਲ ਲੱਗੀ ਆ, ਇਹ ਬਹੁਤ ਮਾੜੀ ਗੱਲ ਹੈ ਜੇ ਰਵਨੀਤ ਬਿੱਟੂ ਇਸ ਗੱਲ ਤੇ ਰਿਲਕਟੈਂਟ ਆ, ਅਸੀਂ ਉਹਦੇ ਬਿਹਾਫ ਤੇ ਪਾਰਟੀ ਵੱਲੋਂ ਮੈਂ ਪ੍ਰਧਾਨ ਦੇ ਤੌਰ ਤੇ ਇਸ ਗੱਲ ਦੀ ਮਾਫ਼ੀ ਮੰਗਦਾ, ਇਹ ਗਲਤ ਗੱਲ ਆ, ਅਸੀਂ ਇਹਦੀ ਨਿੰਦਿਆ ਕਰਦੇ। ਕੁਛ ਇਹੋ ਜਿਹਾ ਨਹੀਂ ਆਇਆ, ਉਹਨੂੰ ਉਲਟਾ ਸਫਾਈਆਂ ਦੇਈ ਜਾਣਾ ਇਹ ਗਲਤ ਗੱਲ ਆ। ਠੀਕ ਹੈ, ਮੈਂ ਵਾਪਸ ਆਊਂਗਾ ਪ੍ਰਸਮਜੀਤ ਸਿੰਘ, ਵਾਪਸ ਆਊਂਗਾ। ਤੁਸੀਂ ਬੜੇ ਬੜੇ ਇੰਪੋਰਟੈਂਟ ਪੁਆਇੰਟ ਚੁੱਕੇ ਸੁਦੇਵ ਸਿੰਘ ਰੋਪੜ, ਜੇ ਰਵਨੀਤ ਬਿੱਟੂ ਨੂੰ ਇਹ ਪਵਿੱਤਰ ਸੀਟ ਲੱਗਦੀ ਹੈ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਕਰਤਾਰਪੁਰ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਸਰ ਮੈਂ ਇਹਨਾਂ ਸਾਰੀਆਂ ਸੀਟਾਂ ਨੂੰ ਛੱਡ ਦਿੰਦਾ, ਰਵਨੀਤ ਬਿੱਟੂ ਦੇ ਬਿਆਨ 'ਤੇ ਆ ਜਾਂਦਾ, ਬਿੱਟੂ ਸਾਹਿਬ ਜੇ ਇਹਨੂੰ ਪਵਿੱਤਰ ਮੰਨਦੇ ਸੀ ਅਨੰਦਪੁਰ ਸਾਹਿਬ ਨੂੰ, ਤੇ ਉਹ ਪਵਿੱਤਰ ਸੀਟ ਨੂੰ ਛੱਡ ਕੇ ਕਿਉਂ ਭੱਜ ਗਏ? ਦੇਖੋ ਗੱਲ ਇਹ ਹੈ KP ਜੀ, ਨਾ ਬਿੱਟੂ ਜੀ ਅਨੰਦਪੁਰ ਕਹਿਣ ਤੇ, ਉਹਨਾਂ ਦੇ ਕਹਿਣ ਤੇ ਅਨੰਦਪੁਰ ਉਹਨਾਂ ਨੂੰ ਮਿਲਣੀ ਹੈ, ਨਾ ਉਹਨਾਂ ਦੇ ਕਹੇ ਤੇ ਉਹ ਛੱਡ ਕੇ ਗਏ ਨੇ। ਇਹ ਪਾਰਟੀ ਦੇ ਫੈਸਲੇ ਹੁੰਦੇ ਆ, ਪਾਰਟੀ ਜਿੱਥੇ ਜਿਸ ਨੂੰ ਇਲੈਕਸ਼ਨ ਲੜਾਉਂਦੀ ਆ ਉਸਨੂੰ ਉੱਥੇ ਹੀ ਲੜਨਾ ਹੁੰਦਾ, ਇਸ ਕਰਕੇ ਉਹ ਛੱਡ ਕੇ ਭੱਜਣਾ ਜਾਂ ਨਾ ਭੱਜਣਾ ਇਹ ਤਾਂ ਆਪਣੀ ਆਪਾਂ ਉਹਨੂੰ ਜਿਵੇਂ ਮਰਜ਼ੀ ਉਹ ਉਸਨੂੰ ਕਹਿ ਲਈਏ, ਕਿਉਂਕਿ ਇਹ ਪਾਰਟੀ ਜਦੋਂ ਕੋਈ ਵੀ ਪਾਰਟੀ ਹੈ ਚਾਹੇ ਉਹਦੇ ਵਿੱਚ ਕਿਸੇ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਵਿਅਕਤੀ ਵਿਸ਼ੇਸ਼ ਤੇ ਵੀ ਉਹ ਉੱਥੋਂ ਹੀ ਇਲੈਕਸ਼ਨ ਲੜਨਾ ਚਾਹੁੰਦਾ, ਉਹ ਪਾਰਟੀ ਨੇ ਦੇਖਣਾ ਉਹਨੂੰ ਕਿੱਥੋਂ ਲੜਾਉਣਾ। ਦੂਜੀ ਗੱਲ, ਤੁਸੀਂ ਮੈਨੂੰ ਦੱਸੋ ਸਰ ਲੁਧਿਆਣਾ ਪਵਿੱਤਰ ਸੀਟ ਹੈ ਜਾਂ ਨਹੀਂ ਜਿੱਥੇ ਰਵਨੀਤ ਬਿੱਟੂ ਖੜਦੇ ਆ? ਦੇਖੋ KP ਜੀ, ਜੇ ਤੁਸੀਂ ਇੱਕੋ ਗੱਲ ਨੂੰ ਆਪਾਂ ਰਿਪੀਟ ਕਰ ਰਹੇ, ਮੈਂ ਤਾਂ ਕਹਿੰਦਾ ਸਾਰਾ ਪੰਜਾਬ ਸਰ, ਮੈਂ ਰਿਪੀਟ ਕਰਦਾ ਨਹੀਂ ਪਿਆ ਸਰ, ਮੈਂ ਤਾਂ ਰਿਪੀਟ ਕਰਦਾ ਪਿਆ ਤੁਹਾਡੇ ਰਵਨੀਤ ਬਿੱਟੂ ਦੇ ਸਰ, ਤੁਸੀਂ ਰਵਨੀਤ ਬਿੱਟੂ ਦੇ ਬਿਆਨ ਨੂੰ ਡਿਫੈਂਡ ਕਰਦੇ ਪਏ ਰੋਪੜ ਸਾਹਿਬ, ਰਵਨੀਤ ਬਿੱਟੂ ਦੇ ਬਿਆਨ ਨੂੰ ਡਿਫੈਂਡ ਕਰਦੇ ਪਏ ਰੋਪੜ ਸਾਹਿਬ, ਤੁਸੀਂ ਕੀ ਲੁਧਿਆਣੇ ਦੇ ਵਿੱਚ ਸਾਡੇ ਦਸਾਂ ਗੁਰੂਆਂ ਦੇ
ਚਰਨ ਛੋ ਪ੍ਰਾਪਤ ਜਗ੍ਹਾ ਜਗ੍ਹਾ ਨਹੀਂ ਹੈਗੀਆਂ ਕਿ ਉੱਥੇ ਉੱਥੇ ਜਗ੍ਹਾ ਤੀਰਥ ਸਥਾਨ ਹੈ ਫਿਰ ਸਾਰੇ ਗੱਲ ਮੈਨੂੰ ਨਾ ਦੱਸੋ ਨਾ ਇਹ ਗੱਲ ਰਮਨੀਤ ਬਿੱਟੂ ਨੂੰ ਦੱਸੋ ਇਹ ਗੱਲ ਰਮਨੀਤ ਬਿੱਟੂ ਨੂੰ ਦੱਸੋ ਸਰ ਮੈਂ ਕਹਿੰਦਾ ਜਿਸ ਈਵਨ ਸਾਡੀ ਤਾਂ ਇਹ ਖੁਸ਼ਕਿਸਮਤੀ ਹੈ ਵੀ ਜੋ ਉਸ ਟਾਈਮ ਦੇ ਉੱਤੇ ਰਿਮੋਟ ਏਰੀਆ ਸੀਗਾ ਉਹ ਤਲਵੰਡੀ ਸਾਬੋ ਬਠਿੰਡਾ ਰਾਮਪੁਰਾ ਦੀਨਾ ਕਾਂਗੜ ਸਾਡੇ ਤਾਂ ਉੱਥੇ ਵੀ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਹੈਗੀਆਂ ਨੇ ਇਸ ਕਰਕੇ ਸਾਰੇ ਪੰਜਾਬ ਹੀ ਜਿਹੜਾ ਹੈਗਾ ਇਹ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਇੱਥੇ ਕੋਈ ਕੀ ਕਹਿੰਦੇ ਹੁੰਦੇ ਨੇ ਇਹ ਗੱਲ ਹੈ ਨਹੀਂ ਕਿ ਵੀ ਇਹ ਅਪਵਿੱਤਰ ਹੈ ਜਾਂ ਪਵਿੱਤਰ ਹੈ ਰੋਪੜ ਸਾਹਿਬ ਇਹ ਗੱਲ ਰਮਨੀਤ ਬਿੱਟੂ ਨੂੰ ਸਮਝਾਓ ਨਾ ਸਰ ਤੁਸੀਂ ਤਾਂ ਬਿੱਟੂ ਸਾਹਿਬ ਦੇ ਬਿਆਨ ਨੂੰ ਡਿਫੈਂਡ ਕਰਦੇ ਪਏ ਹੋ ਸਵਾਲ ਤਾਂ ਮੇਰਾ ਇਹੀ ਹੈ ਸਰ ਦੇਖੋ ਗੱਲ ਇਹ ਹੈ ਜੋ ਬਿੱਟੂ ਦੇ ਸਾਹਿਬ ਨੇ ਕਿਹਾ ਉਹਨਾਂ ਨੇ ਉਸ ਗੱਲ ਦੀ ਕਲੈਰੀਫਿਕੇਸ਼ਨ ਦਿੱਤੀ ਮੈਂ ਉਸੇ ਗੱਲ ਦੇ ਉੱਤੇ ਹੀ ਗੱਲ ਕਰ ਰਿਹਾ ਜੇ ਉਹ ਕਹਿੰਦਾ ਵੀ ਨਹੀਂ ਮੈਂ ਇਹ ਗੱਲ ਕਹੀ ਐਡਾਮੈਂਟ ਹੁੰਦੇ ਤਾਂ ਅਸੀਂ ਉਸੇ ਨਹੀਂ ਡਿਫੈਂਡ ਕਰਦੇ ਸੀ ਇਸ ਕਰਕੇ ਇਹ ਗੱਲ ਹੈ ਹੀ ਨਹੀਂ ਬਾਕੀ ਦੂਜੀ ਸਾਂਪਲਾ ਸਾਹਿਬ ਕਦੇ ਤਾਂ ਕਹਿ ਦਿੰਦੇ ਆ ਵੀ ਜਿਹੜਾ ਐਸਸੀ ਕਮਿਸ਼ਨ ਹੈਗਾ ਉਹ ਕੰਸਟੀਟਿਊਸ਼ਨਲ ਬਾਡੀ ਉਹ ਕਾਂਗਰਸ ਦਾ ਨਹੀਂ ਹੈ ਫਿਰ ਉਹ ਕਾਂਗਰਸ ਦਾ ਕਹਿਣ ਲੱਗ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਗੱਲਾਂ ਦੀ ਵੀ ਆਪਾਂ ਦੂਰੀ ਮਾਨਸਿਕਤਾ ਕਿਉਂ ਰੱਖੀ ਹੋਈ ਹੈ ਕਹਿੰਦੇ ਦੂਰੀ ਮਾਨਸਿਕਤਾ ਸਾਨੂੰ ਹੈ ਦੂਰੀ ਮਾਨਸਿਕਤਾ ਦੇ ਸ਼ਿਕਾਰ ਖੁਦ ਨੇ ਇਹ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਇੱਥੇ ਸਿਰਫ ਤੇ ਸਿਰਫ ਬਾਈ ਦਾ ਏਜੰਡਾ ਸੈੱਟ ਕੀਤਾ ਜਾ ਰਿਹਾ ਔਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇੱਥੇ ਪਾਰਟੀਆਂ ਪੋਲਰਾਈਜੇਸ਼ਨ ਦੀ ਕਰ ਰਹੀਆਂ ਕੋਸ਼ਿਸ਼ ਹੋ ਰਹੀ ਹੈ ਔਰ ਖਾਸ ਕਰਕੇ ਬੀਜੇਪੀ ਦਾ ਇਤਿਹਾਸ ਹੈ ਉਹਨਾਂ ਨੇ ਪੋਲਰਾਈਜੇਸ਼ਨ ਵੱਲ ਨੂੰ ਜਾਣਾ ਹੀ ਹੁੰਦਾ ਉਹ ਸਾਰੇ ਦੇਸ਼ 'ਚ ਵੀ ਪੋਲਰਾਈਜੇਸ਼ਨ ਵਾਸਤੇ ਜਾਂਦੇ ਆ ਹੁਣ ਇੱਥੇ ਸੂਬੇ 'ਚ ਵੀ ਉਹ ਪੋਲਰਾਈਜੇਸ਼ਨ ਨੂੰ ਲੱਗੇ ਹੋਏ ਆ ਕਦੇ ਉਹ ਕਿਸਾਨ ਐਜੀਟੇਸ਼ਨ ਚੱਲਦੀ ਹੈ ਕਦੇ ਉਹ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਦੇ ਮਾਲਾ ਪਾਉਣ ਚਲੇ ਜਾਂਦੇ ਨੇ ਫਿਰ ਉੱਥੋਂ ਜੇ ਦਲਿਤ ਭਰਾਈ ਭਜਾ ਦਿੰਦੇ ਨੇ ਫਿਰ ਕਿਤੇ ਦੂਜੀ ਜਗ੍ਹਾ ਕੋਸ਼ਿਸ਼ ਕਰਦੇ ਨੇ ਇਹਦਾ ਪੋਲਰਾਈਜੇਸ਼ਨ ਤੇ ਜਦੋਂ ਦੀ ਕਿਸਾਨ ਐਜੀਟੇਸ਼ਨ ਜੇ ਲੱਗੇ ਹੋਏ ਨੇ ਇਸ ਕਰਕੇ ਮੈਂ ਸੁਦੇਸ਼ ਰੋਪੜ ਮੈਂ ਤੁਹਾਡੀ ਗੱਲ ਨੂੰ ਅੱਗੇ ਲਿਆ ਕੇ ਤੁਰਦਾ ਹਾਂ ਕਿ ਬੀਜੇਪੀ ਪੋਲਰਾਈਜੇਸ਼ਨ ਕਰਦੀ ਪਈ ਹੈ ਪਰ ਬਿੱਟੂ ਸਾਹਿਬ ਆਪਦੀ ਪੋਲਰਾਈਜੇਸ਼ਨ ਕਰ ਗਏ ਤੇ ਕਾਂਗਰਸ ਨੂੰ ਫਸਾ ਗਏ ਕਾਂਗਰਸ ਇਹ ਮੰਨਦੀ ਹੈ ਉਹ ਨਹੀਂ ਦੇਖੋ ਦੇਖੋ ਕੇਪੀ ਜੀ ਕੀ ਪਤਾ ਬਿੱਟੂ ਸਾਹਿਬ ਨੂੰ ਲੁਧਿਆਣਾ ਸੀਟ ਮਿਲਣੀ ਹੈ ਕਿਤੋਂ ਹੋਰ ਮਿਲਣੀ ਹੈ ਤਾਂ ਪਾਰਟੀ ਨੇ ਡਿਸਾਈਡ ਮੌਕੇ ਤੇ ਕਰਨਾ ਹੁੰਦਾ ਚਲੋ ਰੋਪੜ ਸਾਹਿਬ ਤੁਸੀਂ ਅਸਿੱਧੇ ਤੌਰ ਤੇ ਇਹ ਤਾਂ ਮੰਨ ਗਏ ਕਿ ਬਿੱਟੂ ਸਾਹਿਬ ਪੋਲਰਾਈਜੇਸ਼ਨ ਕਰਦੇ ਆ ਉੱਥੇ ਸਾਂਪਲਾ ਸਾਹਿਬ ਸਾਂਪਲਾ ਸਾਹਿਬ ਮੈਂ ਕਦੋਂ ਕਹੀ ਹੈ ਗੱਲ ਨਹੀਂ ਨਹੀਂ ਤੁਸੀਂ ਨਹੀਂ ਕਹਿ ਰਹੇ ਸਰ ਤੁਸੀਂ ਨਹੀਂ ਕਹਿ ਰਹੇ ਤੁਸੀਂ ਨਹੀਂ ਕਹਿ ਰਹੇ ਅਸਿੱਧੇ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਲੁਧਿਆਣਾ ਸੀਟ ਮਿਲਣੀ ਹੈ ਨਹੀਂ ਮਿਲਣੀ ਇਹ ਫੈਸਲਾ ਪਾਰਟੀ ਨੇ ਕਰਨਾ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਸਾਂਪਲਾ ਸਾਹਿਬ ਤੁਸੀਂ ਪੋਲਰਾਈਜੇਸ਼ਨ ਕਰਦੇ ਪਏ ਹੋ ਪੰਜਾਬ ਦੇ ਵਿੱਚ ਹੋਰ ਤੁਹਾਡਾ ਏਜੰਡਾ ਨਹੀਂ ਹੈਗਾ ਦਲਿਤਾਂ ਨੂੰ ਜੇ ਤੁਸੀਂ ਉਹਨਾਂ ਦਾ ਧਿਆਨ ਰੱਖਣਾ ਹੁੰਦਾ ਸਾਂਪਲਾ ਸਾਹਿਬ ਮੈਂ ਤੁਹਾਡੇ ਤੇ ਕੋਈ ਨਿੱਜੀ ਅਟੈਕ ਨਹੀਂ ਕਰ ਰਿਹਾ ਤੁਹਾਡੇ ਤੋਂ ਕੋਈ ਨਿੱਜੀ ਸਵਾਲ ਨਹੀਂ ਕਰ ਰਿਹਾ ਸਾਂਪਲਾ ਸਾਹਿਬ ਮੈਂ ਸਵਾਲ ਤੁਹਾਡੀ ਪਾਰਟੀ ਦਾ ਕਰ ਰਿਹਾ ਤੁਸੀਂ ਜੇ ਦਲਿਤਾਂ ਧਿਆਨ ਰੱਖਣਾ ਹੁੰਦਾ ਅਕਾਲੀਆਂ ਨਾਲ ਜੋ ਤੁਸੀਂ ਸੀਗੇ ਉਹ ਦਲਿਤਾਂ ਦਾ ਕੀ ਹਾਲ ਹੋਇਆ ਪੰਜਾਬ ਦੇ ਯਾਦ ਹੈ ਤੁਹਾਨੂੰ ਕੇਪੀ ਸਾਹਿਬ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਰੋਪੜ ਸਾਹਿਬ ਨੇ ਗੱਲਾਂ ਗੱਲਾਂ ਦੇ ਵਿੱਚ ਗੱਲ ਕਹੀ ਕਿ ਬੀਜੇਪੀ ਜਿਹੜੀ ਹੈ ਪੋਲਰਾਈਜੇਸ਼ਨ ਕਰਦੀ ਹੈ ਗੱਲਾਂ ਗੱਲਾਂ 'ਚ ਕੀ ਕਹਿ ਗਿਆ ਕਦੀ ਕਦੀ ਤਾਂ ਇਹ ਬਾਬਾ ਸਾਹਿਬ ਦੀ ਬੁੱਤ ਦੇ ਮਾਲਾ ਪਾਉਣ ਚਲ ਜਾਂਦੇ ਆ ਮੈਨੂੰ ਸਮਝ ਨਹੀਂ ਆਈ ਕਿ ਹੁਣ ਬਾਬਾ ਸਾਹਿਬ ਦੇ ਬੁੱਤ ਦੇ ਮਾਲਾ ਜੇ ਅਸੀਂ ਨਹੀਂ ਪਾਉਣ ਜਾਣਾ ਤੇ ਕਿਹਨੇ ਪਾਉਣ ਜਾਣਾ ਔਰ ਕਿਹਾ ਅਸੀਂ ਕਾਂਗਰਸ ਪਾਰਟੀ ਤੋਂ ਪੁੱਛ ਕੇ ਕਾਂਗਰਸ ਦੀ ਬੁੱਤ ਮਾਲਾ ਪਾਉਣ ਜਾਣਾ ਬਾਬਾ ਸਾਹਿਬ ਸਾਡੇ ਪੂਜਨੇ ਅਸੀਂ ਉਹਨਾਂ ਨੂੰ ਪੂਜਦੇ ਹਾਂ ਉਹਨਾਂ ਨੂੰ ਆਪਣੇ ਰੱਬ ਵਾਂਗੂ ਮੰਨਦੇ ਹਾਂ ਤੁਸੀਂ ਕਹਿ ਰਹੇ ਹੋ ਕਿ ਕਦੀ ਇਹ ਬਾਬਾ ਸਾਹਿਬ ਦੇ ਬੁੱਤ ਨੂੰ ਮਾਲਾ ਪਾਉਣ ਚਲੇ ਕੀ ਕੋਈ ਗੁਨਾਹ ਕਰ ਦਿੱਤਾ ਬਾਬਾ ਸਾਹਿਬ ਦੀ ਮੂਰਤੀ ਦੇ ਆਪਣੇ ਹਾਰ ਪਾ ਕੇ ਇਹਨਾਂ ਦੇ ਬੁੱਤ ਦੇ ਮਾਲਾ ਪਾਉਣ ਪਾ ਕੇ ਪੋਲਰਾਈਜੇਸ਼ਨ ਵਾਲੀਆਂ ਗੱਲਾਂ ਅਸੀਂ ਨਹੀਂ ਕਰ ਰਹੇ ਹਾਂ ਤੁਸੀਂ ਕਰ ਰਹੇ ਹਾਂ ਔਰ ਦੂਸਰੀ ਗੱਲ ਪ੍ਰੋਫੈਸਰ ਸਾਹਿਬ ਨੇ ਵੀ ਬਹੁਤ ਅੱਛੀ ਗੱਲ ਕਹੀ ਕਿ ਜੇ ਬਿੱਟੂ ਜੀ ਨੇ ਜਿਹੜਾ ਬਿਆਨ ਦਿੱਤਾ ਉਹਦੇ ਤੇ ਜਾਖੜ ਸਾਹਿਬ ਵੱਲੋਂ ਪਾਰਟੀ ਦੇ ਪ੍ਰਧਾਨ ਨੇ ਕੈਪਟਨ ਸਾਹਿਬ ਚੀਫ ਮਿਨਿਸਟਰ ਨੇ ਕਿਸੇ ਨੇ ਕੋਈ ਕਲੈਰੀਫਿਕੇਸ਼ਨ ਨਹੀਂ ਕੀਤੀ ਹੁਣ ਸਫਾਈਆਂ ਜਿੰਨੀਆਂ ਮਰਜ਼ੀ ਦਿੰਦੇ ਰਹਿਣ ਜੇ ਉਹ ਕਹਿ ਰਹੇ ਨੇ ਕਿ 2022 ਦਾ ਏਜੰਡਾ ਸੈੱਟ ਕੀਤਾ ਜਾ ਰਿਹਾ ਕਿਆ ਬਿੱਟੂ ਜੀ ਨੂੰ ਨਹੀਂ ਪਤਾ ਕਿਆ ਉਹਨਾਂ ਦਾ ਪੋਲੀਟੀਕਲ ਮਾਇੰਡ ਇੰਨਾ ਨਹੀਂ ਹੈ ਕਿ ਉਹ 2022 ਦੇ ਇਲੈਕਸ਼ਨਾਂ ਦੀ ਉਹਨਾਂ ਦੇ ਦਿਮਾਗ 'ਚ ਨਹੀਂ ਕਿ ਮੈਂ ਇੱਦਾਂ ਦਾ ਜਿਹੜਾ ਬੇਹੂਦਾ ਬਿਆਨ ਦਊਂਗਾ ਕਿ ਆਹ ਜਿਹੜੀਆਂ ਨੇ ਇਹ ਪਵਿੱਤਰ ਸੀਟਾਂ ਨੇ ਉਹ ਕਿੱਦਾਂ ਦੇ ਦਿੱਤੀਆਂ ਇਹਨਾਂ ਨੂੰ ਤੇ ਇਹ ਜਿਹੜਾ ਦਿਮਾਗ ਹੈ ਇਹ ਕਾਂਗਰਸ ਦੇ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਮਾਨਸਿਕਤਾ ਕੀ ਹੈ ਇਹਦੇ ਪਿੱਛੇ ਠੀਕ ਹੈ ਪਰ ਸਾਨੂੰ ਕਹਿ ਰਹੇ ਪੋਲਰਾਈਜੇਸ਼ਨ ਕਰਨਾ ਸਾਨੂੰ ਕਹਿ ਰਹੇ ਤੁਸੀਂ ਬਾਬਾ ਸਾਹਿਬ ਦੀ ਬੁੱਤ ਤੇ ਮਾਲਾ ਪਾਉਣ ਚਲ ਜਾਂਦੇ ਕੀ ਗੱਲ ਸਾਡਾ ਹੱਕ ਨਹੀਂ ਮੈਂ ਰੋਪੜ ਸਾਹਿਬ ਤੋਂ ਪੁੱਛਣਾ ਚਾਹੂੰਗਾ ਕਿ ਸਾਹਿਲ ਸਾਹਿਬ ਦਾ ਹੱਕ ਨਹੀਂ ਹੈ ਜਾਂ ਸਾਡੀ ਪਾਰਟੀ ਦੇ ਕਿਸੇ ਦਲਿਤ ਵਿਅਕਤੀ ਦਾ ਜਾਂ ਕੋਈ ਵੀ ਹੋਵੇ ਦੇਸ਼ ਦਾ ਵਿਅਕਤੀ ਉਹਦਾ ਹੱਕ ਨਹੀਂ ਹੈ ਬਾਬਾ ਸਾਹਿਬ ਦੀ ਬੁੱਤ ਨੂੰ ਠੀਕ ਉਹਨਾਂ ਦੇ ਹਾਰ ਪਾਉਣ ਚਲੇ ਜਾਂਦੇ ਰੋਪੜ ਸਾਹਿਬ ਬਾਬਾ ਸਾਹਿਬ ਨਾ ਤਾਂ ਕਾਂਗਰਸ ਦੇ ਹੈ ਨਾ ਉਹ ਅਕਾਲੀਆਂ ਦੇ ਹੈ ਨਾ ਬੀਐਸਪੀ ਦੇ ਨਾ ਭਾਜਪਾ ਦੇ ਹੈ ਸਰ ਉਹ ਤਾਂ ਸੰਵਿਧਾਨ ਨਿਰਮਾਤਾ ਨੇ ਰੋਪੜ ਸਾਹਿਬ ਮੈਂ ਸਰ ਜੇ ਮੇਰੀ ਤੁਸੀਂ ਪੂਰੀ ਗੱਲ ਜੇ ਤੁਸੀਂ ਉਹੀ ਗੱਲ ਹੈ ਨਾ ਆਊਟ ਆਫ ਕੰਟੈਸਟ ਕਰੋਗੇ ਤਾਂ ਗੱਲ ਮਾੜੀ ਹੈ ਮੈਂ ਇਹ ਗੱਲ ਕਹੀ ਜਦੋਂ ਕਿਸਾਨ ਐਜੀਟੇਸ਼ਨ ਚੱਲੀ ਉਸ ਤੋਂ ਬਾਅਦ ਇਹਨਾਂ ਨੇ ਦਾ ਖੇਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਇਹਨਾਂ ਨੂੰ ਕਦੇ ਬਾਬਾ ਸਾਹਿਬ ਯਾਦ ਨਹੀਂ ਆਏ ਮੈਂ ਦੂਜੀ ਗੱਲ ਹੁਣ ਇੱਕ ਮੈਨੂੰ ਹੋਰ ਵੀ ਇੱਕ ਗੱਲ ਕਰ ਲੈਣ ਦਿਓ ਇਹ ਮੈਂ ਸਾਰੀਆਂ ਪਾਰਟੀਆਂ ਦੇ ਉੱਤੇ ਗੱਲ ਕਰਦਾ ਔਰ ਜਿਹੜੀ ਬੀਐਸਪੀ
ਬੁੰਗਾ ਸਾਹਿਬ ਜਿੱਥੇ ਉਹ ਨਾਨਕੇ ਪੜ੍ਹੇ ਵੱਡੇ ਹੋਏ ਆਪਣਾ ਸਾਰਾ ਕੁਝ ਬਤਾਇਆ ਸਾਰੀ ਪੂੰਜੀ ਲਾ ਕੇ ਉਹਨਾਂ ਨੇ ਇੱਕ ਸਥਾਨ ਬਣਾਇਆ ਔਰ ਉਸ ਸਥਾਨ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਸਾਡੇ ਤੱਕ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਗਏ ਅੱਜ ਤੱਕ ਨਾ ਵੱਡੇ ਬਾਦਲ ਸਾਹਿਬ ਗਏ ਹੈ ਨਾ ਕਦੇ ਛੋਟੇ ਬਾਦਲ ਸਾਹਿਬ ਗਏ ਹੈ ਨਾ ਹੀ ਕੋਈ ਕਿਤੇ ਬੀਜੇਪੀ ਦਾ ਵੱਡਾ ਲੀਡਰ ਗਿਆ ਉੱਥੇ ਕਦੇ ਇਹ ਉਹ ਨਹੀਂ ਗਏ ਔਰ ਦੂਜੀ ਗੱਲ ਇਸ ਇਸ਼ੂ ਦੇ ਉੱਤੇ ਜੋ ਇਹਨਾਂ ਦੇ ਸਮਝੌਤੇ ਦੇ ਉੱਤੇ ਬੀਬੀ ਸਵਰਨ ਕੌਰ ਜਿਹੜੀ ਕਿ ਉਸ ਦੀ ਦੇਖ ਰੇਖ ਕਰਦੀ ਹੈ ਭੈਣੇ ਆਪਣੇ ਉਹਨਾਂ ਦੀ ਉਹਨੂੰ ਉਹਨੇ ਜੋ ਬਿਆਨ ਦਿੱਤਾ ਉਹ ਸਾਰਿਆਂ ਦੇ ਸਾਹਮਣੇ ਹੈ ਇਹ ਜਿਹੜੀ ਤੀਜੀ ਗੱਲ 1996 ਦੇ ਵਿੱਚ ਅਕਾਲੀ ਦਲ ਨੇ ਬੀਐਸਪੀ ਦੇ ਨਾਲ ਇਲੈਕਸ਼ਨ ਲੜਿਆ ਔਰ ਇਲੈਕਸ਼ਨ ਲੜ ਕੇ 8 ਸੀਟਾਂ ਜਿੱਤੀਆਂ 3 ਬੀਐਸਪੀ ਨੇ ਜਿੱਤੀਆਂ ਔਰ ਜਦੋਂ ਇਹਨਾਂ ਨੂੰ ਉੱਥੇ ਮੌਕਾ ਲੱਗਿਆ 96 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੀ ਬਾਬੂ ਕਾਂਸ਼ੀ ਰਾਮ ਜੀ ਦੇ ਵਿਰੋਧ ਦੇ ਬਾਵਜੂਦ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਜਾ ਕੇ ਬੀਐਸਪੀ ਛੱਡੀ 6 ਮਹੀਨਿਆਂ 'ਚ ਹੀ ਸੋਰੀ 20 ਦਿਨਾਂ 'ਚ ਹੀ ਬੀਐਸਪੀ ਛੱਡੀ ਜਾ ਕੇ ਵਾਜਪਾਈ ਜੀ ਦੇ ਹਾਰ ਪਾਤੇ ਇਸ ਕਰਕੇ ਅੱਜ ਜਿਹੜੇ ਇਹ ਗੱਲਾਂ ਕਰਦੇ ਨੇ ਇਹ ਸਾਰੇ ਡਬਲ ਕਰੈਕਟਰ ਵਾਲੀਆਂ ਗੱਲਾਂ ਨੇ ਔਰ ਇਹਦੇ ਵਿੱਚ ਕੋਈ ਅੱਧੇ ਗੱਲ ਨਹੀਂ ਹੈਗੀ ਠੀਕ ਹੈ ਮੈਂ ਹੋਰ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਊਗਾ ਜ਼ਰੂਰ ਕਿ ਅਕਾਲੀ ਵਸਪਾ ਗੱਠਜੋੜ ਤੋਂ ਬਾਅਦ ਇਸ ਮੁੱਦੇ ਨੂੰ ਜ਼ਿਆਦਾ ਵੇਟ ਦਿੱਤੀ ਜਾ ਰਹੀ ਹੈ ਜਾਂ ਇਸ ਮੁੱਦੇ ਦੇ ਵਿੱਚ ਜਿਹੜਾ ਦਲਿਤ ਕਾਸਟ ਹੈ ਉਹਨੂੰ ਜ਼ਿਆਦਾ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਕਾਲੀ ਵਸਪਾ ਗੱਠਜੋੜ ਜੇ ਇਸ ਮੁੱਦੇ ਨੂੰ ਚੱਕਦਾ ਪਿਆ ਤਾਂ ਬੀਜੇਪੀ ਉਹਦੇ ਪਿੱਛੇ ਪਿੱਛੇ ਤੁਰਦੀ ਪਈ ਹੈ ਜਾਂ ਬੀਜੇਪੀ ਦੇ ਏਜੰਡੇ ਪਿੱਛੇ ਅਕਾਲੀ ਬੀਐਸਪੀ ਤੁਰਦੇ ਪਏ ਇਹ ਵੀ ਬੜਾ ਮਹੱਤਵਪੂਰਨ ਸਵਾਲ ਹੈ ਵਾਪਸ ਆ ਕੇ ਪੁੱਛੂੰਗਾ ਜ਼ਰੂਰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਬਿੱਟੂ ਦੇ ਬਿਆਨ 'ਤੇ ਕਮਸਾਨ ਕਿਉਂ ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਰਵਨੀਤ ਬਿੱਟੂ ਦੇ ਬਿਆਨ ਬਹਾਨੇ 2022 ਲਈ ਸਿਆਸਤ ਕਿਹੜਾ ਏਜੰਡਾ ਸੈੱਟ ਕਰ ਰਹੀ ਹੈ ਅਸ਼ਵਨੀ ਸਿੰਘ ਕਲੀਅਰ ਕੇਂਦਰ 'ਚ ਬੀਜੇਪੀ ਨਾਲੋਂ ਭਾਈ ਵੱਲੀ ਤੁਸੀਂ ਤੋੜ ਚੁੱਕੇ ਹੋ ਇੱਥੇ ਤੁਸੀਂ ਸਟੇਟ ਐਸ ਸੀ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਤੁਹਾਡੇ ਵਿਧਾਇਕ ਸੁੱਖੀ ਸਾਹਿਬ ਅਤੇ ਟੀਨੂ ਜੀ ਜਾ ਕੇ ਆਏ ਉੱਥੇ ਮੇਰਾ ਸਵਾਲ ਹੈ ਕਲੀਅਰ ਸਾਹਿਬ ਤੁਹਾਨੂੰ ਕਿਹੜੇ ਐਸ ਸੀ ਕਮਿਸ਼ਨ ਤੋਂ ਆਸ ਹੈ ਕਿ ਇਨਸਾਫ ਮਿਲੂਗਾ ਕਲੀਅਰ ਸਾਹਿਬ ਪੰਜਾਬ ਦੇ ਜਾਂ ਕੇਂਦਰ ਦੇ ਕੇਪੀ ਜੀ ਗੱਲ ਇਹ ਹੈਗੀ ਹੈ ਕਿ ਅਸੀਂ ਕੰਪਲੇਂਟ ਕਰ ਚੁੱਕੇ ਹਾਂ ਬੀਜੇਪੀ ਨੇ ਆਪਣੀ ਕੰਪਲੇਂਟ ਕੀਤੀ ਹੈ ਮੁੱਦਾ ਸਭ ਦਾ ਸਾਂਝਾ ਮੁੱਦਾ ਹੈ ਔਰ ਜਿਹੜੀਆਂ ਗੱਲਾਂ ਜੇ ਰੋਪੜ ਸਾਹਿਬ ਕਰ ਰਹੇ ਨੇ ਮੈਨੂੰ ਹੈਰਾਨਗੀ ਹੈ ਕਿ ਅਲਾਇੰਸ ਹੋਣਾ ਅਲਾਇੰਸ ਟੁੱਟਣਾ 96 ਦੇ ਵਿੱਚ ਅਲਾਇੰਸ ਹੋਇਆ ਅਲਾਇੰਸ ਹੋਣ ਤੋਂ ਬਾਅਦ ਕਿੰਨਾ ਵਜ੍ਹਾ ਕਰਕੇ ਅਲਾਇੰਸ ਨਹੀਂ ਰਹਿ ਸਕਿਆ ਟੁੱਟ ਗਿਆ ਜਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਜਿਹੜੀ ਭੈਣ ਨੇ ਉਹ ਕੋਈ ਗੱਲ ਕਹਿੰਦੇ ਨੇ ਉਹ ਅਲਾਇੰਸ ਦੇ ਉੱਤੇ ਕਹਿੰਦੇ ਨੇ ਉਹਦੇ ਨਾਲ ਜਿਹੜੀ ਬਿੱਟੂ ਦੀ ਗੰਦੀ ਮਾਨਸਿਕਤਾ ਹੈ ਜਿਸ ਮਾਨਸਿਕਤਾ ਤਹਿਤ ਉਹ ਪਵਿੱਤਰ ਅਪਵਿੱਤਰ ਸੀਟਾਂ ਨੂੰ ਕਹਿ ਰਿਹਾ ਹੈ ਉਹਦਾ ਇਹ ਚੀਜ਼ ਨਾਲ ਕੀ ਲੈਣਾ ਦੇਣਾ ਨਹੀਂ ਕਲੀਅਰ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਇੱਕ ਮਿੰਟ ਸਰ ਸੁਣ ਲਓ ਕਲੀਅਰ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਰੋਪੜ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਸੁਣ ਲਓ ਨਾ ਕਲੀਅਰ ਸਾਹਿਬ ਸੁਣ ਲਓ ਕਲੀਅਰ ਸਾਹਿਬ ਸੁਣ ਲਓ ਕਲੀਅਰ ਸਾਹਿਬ ਸੁਣ ਲਓ ਸਰ ਕਲੀਅਰ ਸਾਹਿਬ ਸੁਣ ਲਓ ਨਾ ਸਰ ਕਲੀਅਰ ਸਾਹਿਬ ਸੁਣ ਲਓ ਰੋਪੜ ਸਾਹਿਬ ਨੇ ਤੁਹਾਨੂੰ ਉੱਧਰ ਘੁੰਮਣਾ ਸੀ ਤੁਸੀਂ ਘੁੰਮੇ ਆਏ ਕਲੀਅਰ ਸਾਹਿਬ ਮੈਂ ਤੁਹਾਨੂੰ ਸਿੱਧਾ ਸਵਾਲ ਕੀਤਾ ਹੈ ਤੁਸੀਂ ਉਹਦਾ ਜਵਾਬ ਨਹੀਂ ਦੇ ਰਹੇ ਮੈਨੂੰ ਤੁਹਾਨੂੰ ਸਟੇਟ ਐਸ ਸੀ ਕਮਿਸ਼ਨ ਤੋਂ ਇਨਸਾਫ ਦੀ ਆਸ ਹੈ ਜਾਂ ਕੌਮੀ ਐਸ ਸੀ ਕਮਿਸ਼ਨ ਤੋਂ ਮੇਰਾ ਸਵਾਲ ਤਾਂ ਇਹ ਹੈ ਕਲੀਅਰ ਸਾਹਿਬ ਕੇਪੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਸਟੇਟ ਐਸ ਸੀ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਅਸੀਂ ਦੇਖਾਂਗੇ ਕਿ ਸਟੇਟ ਐਸ ਸੀ ਕਮਿਸ਼ਨ ਉਹਦੇ 'ਚ ਕੀ ਕਰਦਾ ਹੈ ਕਨਸਟੀਟਿਊਸ਼ਨਲ ਬਾਡੀ ਵਾਂਗੂ ਅਗਰ ਆਪਣਾ ਫਰਜ਼ ਨਿਭਾਉਣਗੇ ਔਰ ਐਕਸ਼ਨ ਲੈਣਗੇ ਤਾਂ ਸਵਾਗਤ ਹੈ ਨਹੀਂ ਅਗਲੀ ਰਣਨੀਤੀ ਅਸੀਂ ਤੈਅ ਕਰਾਂਗੇ ਕਿ ਨਹੀਂ ਫਿਰ ਕੌਮੀ ਐਸ ਸੀ ਕਮਿਸ਼ਨ ਕੋਲੇ ਜਾ ਸਕਦੇ ਹੋ ਜੇ ਸਾਨੂੰ ਸਟੇਟ ਐਸ ਸੀ ਕਮਿਸ਼ਨ ਨਹੀਂ ਕੋਈ ਇਹਦੇ 'ਚ ਇਨਸਾਫ ਦਿੰਦਾ ਤਾਂ ਠੀਕ ਹੈ ਜਿਹੜਾ ਅਗਲਾ ਇਹਦਾ ਸਟੈਪ ਹੈ ਕੌਮੀ ਹੈ ਅਸੀਂ ਉੱਥੇ ਚੱਲ ਜਾਵਾਂਗੇ ਪ੍ਰਸਮ ਅਜੀਤ ਸਿੰਘ ਮਿਸਟਰ ਕਲੀਅਰ ਨੇ ਕਿਹਾ ਮੁੱਦਾ ਇੱਕ ਸਾਂਝਾ ਮੇਰਾ ਸਵਾਲ ਹੈ ਸਰ ਕਿ ਜਿਹੜਾ ਸੱਥਾਂ ਦੇ ਵਿੱਚ ਸਵਾਲ ਗੂੰਜਦਾ ਪਿਆ ਕਿ ਬੀਜੇਪੀ ਦਾ ਜਿਹੜਾ ਏਜੰਡਾ ਜਾਂ ਉਸ ਏਜੰਡੇ ਦੇ ਉੱਤੇ ਅਕਾਲੀ ਬੀਐਸਪੀ ਗੱਠਜੋੜ ਇਕੱਠਾ ਤੁਰਦਾ ਪਿਆ ਜਾਂ ਇੱਕ ਦੂਜੇ ਦੇ ਅੱਗੇ ਪਿੱਛੇ ਤੁਰਦੇ ਪਏ ਇਹ ਸਾਰਿਆਂ ਦਾ ਏਜੰਡਾ ਇੱਕ ਹੀ ਹੈ ਪ੍ਰਸਮਜੀਤ ਸਿੰਘ ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ ਜਾਂ ਬਿੱਟੂ ਵਾਲੇ ਬਿਆਨ ਤੇ ਜਿਹੜਾ ਇਹਨਾਂ ਨੇ ਸਟੈਪ ਚੁੱਕੇ ਆ ਸਾਰੀਆਂ ਪਾਰਟੀਆਂ ਨੇ ਉਸ ਨੂੰ ਇੱਕ ਪਾਸੇ ਰੱਖ ਕੇ ਦੇਖਿਆ ਜਾਵੇ ਪ੍ਰਸਮਜੀਤ ਸਿੰਘ ਦੇਖੋ ਤੁਹਾਡਾ ਸਵਾਲ ਥੋੜਾ ਤੁਸੀਂ ਉਹੀ ਗੱਲ ਜਿਵੇਂ ਕੰਪਲੈਕਸ ਕਰ ਦਿੰਦੇ ਆ ਬਹੁਤਿਆਂ ਨੂੰ ਸ਼ਾਇਦ ਸਮਝ ਨਹੀਂ ਪੈਣਾ ਪਰ ਤੁਹਾਨੂੰ ਸਮਝ ਆ ਗਿਆ ਸਰ ਕਿ ਨਹੀਂ ਪ੍ਰਸਮਜੀਤ ਸਿੰਘ ਮੈਨੂੰ ਵੀ ਇੱਦਾਂ ਹੀ ਸਮਝ ਪਿਆ ਦੁਬਾਰਾ ਮੈਂ ਦੁਬਾਰਾ ਦੱਸ ਦਿੰਦਾ ਸਰ ਦੁਬਾਰਾ ਦੱਸ ਦਿੰਦਾ ਪ੍ਰਸਮਜੀਤ ਸਿੰਘ ਸਵਾਲ ਇਹ ਬੜਾ ਹੈ ਕਿ ਬੀਜੇਪੀ ਨੇ ਜਿਹੜਾ ਦਲਿਤ ਕਾਰਡ ਖੇਡਿਆ ਅਕਾਲੀ ਬਸਪਾ ਗੱਠਜੋੜ ਉਸ ਕਾਰਡ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਜਾਂ ਬੀਜੇਪੀ ਅਕਾਲੀ ਬਸਪਾ ਗੱਠਜੋੜ ਦੇ ਕਾਰਡ ਦੇ ਪਿੱਛੇ ਤੁਰੀ ਫਿਰਦੀ ਹੈ ਬਿਲਕੁਲ ਇਹ ਦੇਖੋ ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈਗੀ ਨਹੀਂ ਇਹਦੇ 'ਚ
भुल जाओ तुसी कि कोई भी पार्टी दलित कार्ड नहीं खेडदी। इत्थों तक कि जट कार्ड भी खेडिया जांदा, हरियाणा च जट कार्ड खेडिया जांदा, जिहदा जिथे जो भी कार्ड चलदा वह खेलदा। यह एक नवी गल हुई है, पर कि पहली बारी जिहड़ी बीजेपी आ उहने दलित पॉलिटिक्स नूं नंगे चिट्टे तौर ते देश दे विच सूबे दे विच खास किस्म दा एक वैज क्रिएट करन दा, एक खास किस्म दी पोलराइजेशन करन दा एजेंडा लैके एक चीफ मिनिस्टर दा मुद्दा खड़ा करता कि देखो जी असीं ते दलित चीफ मिनिस्टर बनावांगे। देखो ये सैंपला जी बैठे आ, इन्हां नूं चंगी तरह पता है कि इत्थे चीफ मिनिस्टर बन जाए, इत्थे राष्ट्रपति बन जाए, मंदिर दे बाहर ही बैठ के पौड़ियां च जिहड़ा कड़ा प्रसाद जां जो भी प्रसाद हुंदा मंदिर दा मिलदा वह अंदर नहीं वड़न दिंदे। ਤੁਹਾਡਾ ਇੱਜ਼ਤ ਮਾਣ ਸਸ਼ਕਤੀਕਰਨ ਜਾਂ ਤੁਹਾਨੂੰ ਜੋਬਸ ਮਿਲਣੀਆਂ ਜਾਂ ਨੌਕਰੀਆਂ ਮਿਲਣੀਆਂ, ਉਹ ਜੇ ਜਿੱਥੇ ਕਰਨ ਵਾਲਾ ਉਹ ਤੇ ਕੀ ਕਰਦੇ ਨਹੀਂ ਆ, ਪਬਲਿਕ ਸੈਕਟਰ ਜਿੱਥੇ ਨੌਕਰੀਆਂ ਮਿਲਣੀਆਂ ਉਹ ਤੇ ਬੰਦ ਕਰਨ ਲੱਗੇ ਹੋਏ ਆ, ਹੋਰ ਜਿਹੜਾ ਜਿੱਥੇ ਵੀ ਕਿਤੇ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਉਹ ਬਾਹਰੋਂ ਲਿਆ ਕੇ ਇੱਥੇ ਕਰਨਾ ਚਾਹੁੰਦੇ ਆ, ਕਾਲਜਾਂ ਨੂੰ ਬਾਹਰੋਂ ਲਿਆ ਕੇ ਕਰਨਾ ਚਾਹੁੰਦੇ ਆ, ਤੇ ਇੱਥੇ ਦੇ ਜਿਹੜਾ ਪਬਲਿਕ ਸੈਕਟਰ ਦੀ ਐਜੂਕੇਸ਼ਨ ਜਿੱਥੇ ਦਲਿਤਾਂ ਨੂੰ ਕੁਛ ਮਿਲਣਾ ਉਹ ਬੰਦ ਹੋ ਰਿਹਾ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹੋ ਜਿਹੀਆਂ ਗੱਲਾਂ ਜਿਹੜਾ ਏਜੰਡਾ ਇੱਥੇ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਪੋਲਰਾਈਜੇਸ਼ਨ ਦਾ, ਬਿਲਕੁਲ ਤੁਹਾਡਾ ਸਵਾਲ ਠੀਕ ਹੈ, ਇਹਨਾਂ ਨੇ ਸ਼ੁਰੂਆਤ ਕੀਤੀ ਆ, ਬਾਕੀ ਸਾਰੇ ਉਹਦੇ ਪਿੱਛੇ ਪਿੱਛੇ ਚੱਲ ਰਹੇ ਆ। ਨਹੀਂ ਤੇ ਉਪ ਮੁੱਖ ਮੰਤਰੀ ਕਹਿਣਾ ਵੇਰਕਾ ਵੱਲੋਂ ਕਿ ਅਸੀਂ ਤਾਂ ਹੁਣੇ ਹੀ ਬਣਾ ਦਿਆਂਗੇ ਤੇ ਕੱਲ ਨੂੰ ਬਣਾਉਣਗੇ, ਉਹ ਅਜੇ ਤੱਕ ਮੁੜ ਕੇ ਆਇਆ ਨਹੀਂ, ਪਤਾ ਨਹੀਂ ਕਦੋਂ ਕੋ ਕਿੱਥੇ ਕਿ ਜਿਹੇ ਟਿਕ ਗਿਆ, ਆ ਜਾਊਗਾ ਸ਼ਾਇਦ ਹੋਰ ਥੋੜੇ ਦਿਨਾਂ ਤੱਕ ਆ ਜਾਊਗਾ। ਇਸੇ ਤਰੀਕੇ ਨਾਲ ਅਕਾਲੀ ਦਲ ਨੂੰ ਵੀ ਕਹਿਣਾ ਪਿਆ ਕਿ ਉਪ ਮੁੱਖ ਮੰਤਰੀ ਤੇ ਸਾਡਾ ਜੀ ਅਸੀਂ ਦਲਿਤ ਲਾਵਾਂਗੇ, ਮੁੱਖ ਮੰਤਰੀ ਕਿਉਂ ਨਹੀਂ ਬਈ ਲਾਉਣਾ ਤੇ ਲਾਓ ਤੁਸੀਂ। ਪ੍ਰਸਮਜੀਤ ਸਿੰਘ ਮੈਂ ਉਮੀਦ ਕਰਦਾ ਕਿ ਮੇਰਾ ਸਵਾਲ ਵੀ ਤੁਹਾਨੂੰ ਸ਼ਾਇਦ ਸਮਝ ਆ ਜਾਵੇ, ਨਹੀਂ ਤਾਂ ਮੈਂ ਦੂਜੀ ਵਾਰ ਫਿਰ ਦੁਹਰਾ ਦੂੰਗਾ। ਪ੍ਰਸਮਜੀਤ ਸਿੰਘ ਮੇਰਾ ਸਵਾਲ ਇਹ ਹੈ ਕਿ ਰਵਨੀਤ ਬਿੱਟੂ ਨੇ ਇਹੋ ਜਿਹਾ ਬਿਆਨ ਦਿੱਤਾ ਜਿਹਦੇ ਵਿੱਚ ਅਕਾਲੀ ਦਲ ਤੇ BSP ਦੋਨਾਂ ਦੀ ਵੋਟ ਪੂਰਤੀ ਹੋ ਰਹੀ ਹੈ, ਇੱਕ ਪਾਸੇ ਪੰਥਕ ਏਜੰਡਾ ਸੈੱਟ ਹੋ ਰਿਹਾ, ਇੱਕ ਪਾਸੇ ਦਲਿਤ ਕਾਰਡ ਜਿਹੜਾ ਸੈੱਟ ਹੋ ਰਿਹਾ, ਤੁਹਾਨੂੰ ਇਉਂ ਲੱਗਦਾ ਜਾਂ ਨਹੀਂ? ਪ੍ਰਸਮਜੀਤ ਸਿੰਘ ਜੇ ਸਵਾਲ ਸਮਝ ਨਹੀਂ ਆਇਆ ਸਰ ਦੁਬਾਰਾ ਵੀ ਦੱਸ ਦੂੰਗਾ। ਨਹੀਂ ਨਹੀਂ ਇਹ ਜਿਹੜਾ ਰਵਨੀਤ ਬਿੱਟੂ ਦਾ ਜਿਹੜਾ ਆਪਣੇ ਤੌਰ ਤੇ ਇਹ ਗੱਲ ਕਹਿ ਕੇ ਉਹਨਾਂ ਨੂੰ ਕਾਰਡ ਸੈੱਟ ਕਰਨਾ, ਤੁਹਾਡੀ ਗੱਲ ਜਿਹੜੀ ਹੈ ਮੈਨੂੰ ਲੱਗਦਾ ਨਹੀਂ ਹੈ KP ਸਿੰਘ ਉਹਦੇ 'ਚੋਂ ਕੋਈ ਬਹੁਤੀ ਗੱਲ ਉਹਦੇ 'ਚੋਂ ਨਿਕਲਣੀ ਹੈ। ਏਜੰਡਾ ਜੋ ਮੈਂ ਪਹਿਲਾਂ ਜਿਸ ਤਰ੍ਹਾਂ ਕਹਿ ਰਿਹਾ ਉਹ BJP ਨੇ ਹੀ ਸੈੱਟ ਕੀਤਾ ਹੋਇਆ, ਇਹਦੇ 'ਚ ਆਪਣੀ ਕਾਂਸਟੀਚੁਐਂਸੀ 'ਚ ਇਹਨੂੰ ਭਾਵੇਂ ਥੋੜ੍ਹਾ ਬਹੁਤ ਕੋਈ ਫਾਇਦਾ ਲੈਣ ਲਈ ਇਹਨੇ ਕੀਤਾ ਹੋਵੇ, ਪਰ ਇਹ ਵੀ ਗੱਲ ਸਾਫ਼ ਹੈਗੀ ਹੈ ਕਿ ਰਵਨੀਤ ਬਿੱਟੂ ਨੂੰ ਕੋਈ ਬਹੁਤਾ ਉਸ ਕਿਸਮ ਨਾਲ ਅੱਜ ਤੱਕ ਅੱਜ ਦੀ ਪੋਲਿਟਿਕਸ ਵਿੱਚ ਉਸ ਤਰ੍ਹਾਂ ਸੀਰੀਅਸ ਨਹੀਂ ਲੈਂਦਾ, ਪਰ ਇਹਦਾ ਇੱਕ ਜ਼ਰੂਰ ਕੰਮ ਕਰ ਦਿੱਤਾ ਕਿ ਇਹਨੇ ਇੱਕ ਨਵੀਂ ਚਰਚਾ ਛੇੜ ਕੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਗ੍ਹਾ ਜਗ੍ਹਾ ਕਰ ਰਿਹਾ, ਇਹ ਅਕਾਲੀ ਦਲ ਔਰ BSP ਜਾਂ ਦਲਿਤ ਨੂੰ ਨੇੜੇ ਜ਼ਰੂਰ ਕਰ ਦਿੱਤਾ ਆ। ਮੈਂ ਤਾਂ ਇਹੋ ਗੱਲ ਸਮਝੂ ਕਿ ਉਹਦੀ ਪੋਲਰਾਈਜ਼ ਇਫੈਕਟ ਹੋਣ ਦੀ ਜਗ੍ਹਾ ਅਕਾਲੀ ਦਲ ਦੇ ਨਾਲ ਕੰਸੋਲੀਡੇਸ਼ਨ ਉਹ ਕਰ ਗਏ ਆ। ਠੀਕ ਠੀਕ ਅਰਸ਼ਿਤ ਸਿੰਘ ਕਲੀਅਰ, ਰਵਨੀਤ ਬਿੱਟੂ ਨੇ ਇੱਕ ਬਿਆਨ ਇਹ ਦਿੱਤਾ ਹੈ ਕਿ ਅਕਾਲੀ ਦਲ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਤਾਂ ਹੁਣ ਕਿਹੜੇ ਮੂੰਹ ਨਾਲ ਇਹੋ ਜਿਹੀਆਂ ਸੀਟਾਂ 'ਤੇ ਉਹ ਲੜਦੇ, ਇਸ ਲਈ ਭੱਜ ਗਏ ਉਹ ਸਫਾਈ ਵਿੱਚ ਗਿਆ? ਅਰਸ਼ਿਤ ਸਿੰਘ ਕਲੀਅਰ, ਤੁਸੀਂ ਭੱਜ ਰਹੇ ਹੋ ਪੰਥਕ ਸੀਟਾਂ ਤੋਂ? ਮੈਂ KP ਸ਼੍ਰੋਮਣੀ ਅਕਾਲੀ ਦਲ ਕਦੇ ਨਾ ਭੱਜਣ ਵਾਲੀ ਪਾਰਟੀ ਇਹ ਹੈਗੀ ਹੈ, ਨਾ ਕਦੇ ਭੱਜਿਆ ਨਾ ਕਦੇ ਭੱਜਾਂਗੇ। ਮੈਂ ਤਾਂ ਸਵਾਲ ਇਹ ਕਰਦਾ ਕਿ ਇਹ ਲੋਕ ਕੀ ਗੁਰੂ ਸਾਹਿਬ ਦੀ ਬੇਅਦਬੀ ਤੇ ਇਕੱਲੀ ਸਿਆਸਤੀ ਕਰਨਗੇ ਕਿ ਆਪਣੀ ਕੁਰਸੀ ਦੀ ਸਿਆਸਤੀ ਕਰਨਗੇ? 4.5 ਸਾਲ ਤੋਂ ਰਵਨੀਤ ਬਿੱਟੂ ਉਸੇ ਸਰਕਾਰ ਦਾ ਪਾਰਟ ਹੈ, ਅਗਰ ਉਹ ਸਰਕਾਰ ਗੁਰੂ ਸਾਹਿਬ ਦੀ ਬੇਅਦਬੀ ਤੇ ਇਨਸਾਫ਼ ਨਹੀਂ ਦੇ ਸਕੀ ਤਾਂ ਅਸਤੀਫਾ ਦੇ ਕੇ ਪਿੱਛੇ ਕਿਉਂ ਨਹੀਂ ਹਟ ਜਾਂਦੇ? ਅੱਜ ਜ਼ਿੰਮੇਵਾਰੀ ਉਹਨਾਂ ਦੀ ਹੈ। 4.5 ਸਾਲ ਪਹਿਲਾਂ ਗੁਟਕਾ ਸਾਹਿਬ ਚੱਕ ਕੇ 100 ਕੈਪਟਨ ਅਮਰਿੰਦਰ ਸਿੰਘ ਨੇ ਖਾਧੀ ਸੀ, ਔਰ ਉਸ ਦੇ ਵਿੱਚ ਸਭ ਤੋਂ ਨੰਬਰ 1 ਤੇ ਸੀ ਬੇਅਦਬੀਆਂ ਦਾ ਇਨਸਾਫ਼, ਔਰ ਅੱਜ ਤੱਕ ਨਹੀਂ ਦਵਾ ਸਕੇ ਤਾਂ ਪਹਿਲਾਂ ਤਾਂ ਇਹਨਾਂ ਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ, ਦੂਜਿਆਂ ਤੇ ਸਵਾਲ ਇਹ ਬਾਅਦ ਦੇ ਉੱਤੇ ਚੱਕਣ। ਨਹੀਂ, ਰਵਨੀਤ ਬਿੱਟੂ ਨੂੰ ਕੀ ਕਰਨਾ ਚਾਹੀਦਾ? ਰਵਨੀਤ ਬਿੱਟੂ ਨੂੰ ਆਪਦੀ MP ਸੀਟ ਛੱਡ ਦੇਣੀ ਚਾਹੀਦੀ ਹੈ? ਜੇ ਰਵਨੀਤ ਬਿੱਟੂ ਨੂੰ ਅੱਜ ਮਹਿਸੂਸ ਹੋ ਹੀ ਗਿਆ ਕਿ ਉਹਦੀ ਸਰਕਾਰ ਇੰਨੀ ਨਿਕੰਮੀ ਹੈ ਕਿ 4.5 ਸਾਲ 'ਚ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦੇ ਸਕੀ, ਤਾਂ ਮੈਂ ਕਹੂੰਗਾ ਜੇ ਜ਼ਮੀਰ ਹੈਗੀ ਅਸੀਂ ਗੱਲ ਕਰਨ ਤੋਂ ਪਹਿਲਾਂ ਅਸਤੀਫਾ ਦੇਵੇ, ਫਿਰ ਆ ਕੇ ਇਹ ਬਿਆਨ ਦੇਵੇ। ਸਾਂਪਲਾ ਸਾਹਿਬ, ਜਿਹੜਾ ਰਵਨੀਤ ਬਿੱਟੂ ਦਾ ਇਹ ਬਿਆਨ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ BJP ਦੇ ਰਾਜ ਵਿੱਚ ਹੋਈ ਹੈ, ਇਸ ਲਈ ਪੰਥਕ ਸੀਟਾਂ 'ਤੇ ਕਿਹੜੇ ਮੂੰਹ ਨਾਲ ਲੜਦੇ, ਤੁਹਾਡਾ ਇਹਦੇ 'ਤੇ ਸਟੈਂਡ ਕੀ ਹੈ? BJP ਇਸ ਮੁੱਦੇ 'ਤੇ ਬੋਲਦੀ ਨਹੀਂ, ਚੁੱਪ ਬੈਠੀ ਹੈ, ਕੀ ਗੱਲ? ਦੇਖੋ, ਇਦਾਂ ਦੀ ਕੋਈ ਗੱਲ ਨਹੀਂ ਹੈ ਕਿ BJP ਇਸ ਮੁੱਦੇ ਤੇ ਬੋਲਦੀ ਨਹੀਂ ਹੈ। BJP ਨਾਲ ਵੀ ਸਾਫ਼ ਕਹਿਣਾ ਹੈ ਕਿ ਜਿਸ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਖਾ ਕੇ, ਗੁਟਕਾ ਸਾਹਿਬ ਹੱਥ ਲੈ ਕੇ ਸਹੁੰ ਖਾ ਕੇ ਜਿਨ੍ਹਾਂ ਮੁੱਦਿਆਂ ਤੇ ਆਏ, ਕੱਲੀ ਇਸੇ ਗੱਲ ਤੇ ਨਹੀਂ, ਘਰ ਘਰ ਨੌਕਰੀ, ਸ਼ਗਨ ਸਕੀਮ, ਪੈਨਸ਼ਨ, ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਉਹ ਸਹੁੰ ਖਾ ਕੇ ਸਰਕਾਰ ਦੇ ਵਿੱਚ ਆਏ, ਮਗਰ ਉਹ ਕਿਸੇ ਵੀ ਗੱਲ ਤੇ ਖੜੇ ਨਹੀਂ ਹੋਏ, ਔਰ ਇੱਕ ਵੀ ਗੱਲ ਤੇ ਉਹ, ਔਰ ਭਾਗੀਦਾਰ ਸੀਗੇ ਅਕਾਲੀ ਦਲ ਦੇ ਨਾਲ, ਤੁਸੀਂ ਸਰਕਾਰ ਵਿੱਚ ਸ਼ਾਮਿਲ ਸੀਗੇ, ਤੁਸੀਂ ਇਨਸਾਫ਼ ਕਿਉਂ ਨਹੀਂ ਦਵਾ ਸਕੇ?
बिल्कुल सही गल, मैं तो यही कहना है कि इंक्वायरी करो, जांच करो, हजे तक तो उन्होंने तो यह तय नहीं हो पा रहा करना की है। साढ़े चार साल च उन्होंने हजे पता नहीं कितना समा, जे जेड़ा भी दोषी है, असीं यही कह रहे हैं जेड़ा दोषी ए बी सी, मैं किसी का नाम नहीं ले रहा, जेड़ा भी दोषी है उत्ते कार्रवाई करो। नाल एक मैं छोटी जी गल बस ऐड करना, मैं ज्यादा समझ नहीं लेना, मेरे मानजोग प्रोफेसर साहब ने बिच कही कि बीजेपी वाले जेडे इस मुद्दे नूं जेड़ा है पोलराइजेशन करने की जरूरत कर रहे, लोड़ जेड़ी है उन्होंने नहीं है कर रहे हैं दलित सीएम की। मैं मेरे आदरणीय मेरे सम्माननीय पर मैं उन्होंने कहूंगा कि दलित सीएम की गल करना कोई गलत गल है, और ये कह रहे हैं ये गल जी है मंदिरों के बाहर बिठा व्यवहार अच्छा नहीं। मैं माफी चाहूंगा प्रोफेसर साहब की गल है, असीं इस सपने भुल जाइए छड़ दईए, इहदी बेहतरी लई कुछ ना करिए, तुसीं इह चाहुंदे कि बस चुप करके बह जाइए और देखते रहिए सारा कुछ। नहीं नहीं नहीं, मैं निक्की जी गल कह के करना चाहुंदा, जे जे सही माने च तुसीं इज्जत दा जीवन दलतां लई देखना चाहुंदे आ, पहलां ते मंदिरां दे विच उहनां नूं पुजारी क्यों नहीं लाउंदे जी, क्यों तुसी हमेशा पंडित जिहड़ा ब्राह्मण ही पुजारी होना चाहिए, तुसी समानता चाहुंदे आ ना, समता चाहुंदे आ ना, उहनां दी इज्जत मान देखना चाहुंदे आ, कि रब दा नां लैणा उहनां लई पाप आ, मंदिर च बैठना पुजारी बनना पाप आ। तुसी देश दे राष्ट्रपति नूं मंदिर दे अंदर नहीं जाण दिंदे, पौड़ियां दे विच बिठा के प्रसाद दे दिंदे आ, इह किधर दी तुहाडी समानता ते दलित दी एम्पावरमेंट दा मुद्दा आ, सिर्फ ते सिर्फ पोलराइजेशन आ मेरा वीर। मैं तुहाडी तुहाडी वी इज्जत करदा आ, मैं तुहानूं कोई क्रिटिसाइज़ नहीं कर रिहा, तुहाडी पार्टी दी जिहड़ी पॉलिटिक्स आ उह है ही लोगों को कमजोर करने वाली, लोगों मंडियां पाने वाली, और जो भी अज साडा जातिवाद का इन्ना फैला हैगा, मनुख नूं मनुख दे विरुद्ध एक नफरत करन दा बीज बीजा होया साडे जातां दे नां दे उत्ते, वो सिर्फ ते सिर्फ एक हिंदू सभ्यता जां उस किस्म दी मनुवादी सोच दा ही जिहड़ा रिजल्ट है। पी जी मैं प्रोफेसर साहब दी इस गल नाल बिल्कुल भी सहमत नहीं है, जे यही गल ते है अज आहिल सांपला नाम का व्यक्ति है इस जगह से ना हों, जे मैं भारतीय जनता पार्टी का हिस्सा हाँ तो ही इस जगह से बैठा हाँ, मैं किसी होर पार्टी वालों नहीं, मैं भारतीय जनता पार्टी वालों बैठा हाँ। सांपला साहब इन्हां सवाल होर सी, सांपला साहब, सांपला साहब इन्हां सवाल होर सीगा, सांपला साहब इन्हां सवाल होर सीगा, ये कहिंदे आ भी धर्म के नाँ ते तुसीं सियासत तां करदे हो, पर उस धर्म के नाँ ते जिन्हां ते मुद्दे तुसीं सियासत करदे पे हो उहनां नूं तुसीं पुजारी तक नहीं बणाउंदे अंदर, सवाल तो इन्हां दा है ब्रह्मजीत सिंह दा। मैं केपी जी उस गल का भी जवाब दूंगा, नाल दी नाल ये कहूंगा कि इस सारे जिहड़ा अज दा मुद्दे दा डिबेट सी उह बिटू साहब नूं कदे छेती बरी ना करदे तुसीं, मैं इस गल ते भी आ जांदा। नाल दी नाल रोपड़ साहब बैठे ने, रोपड़ साहब बैठ के हस रहे ने मन ही मन कि ठीक है प्रोफेसर साहब ते लगे कि मैं तो बिटू वाले केस तो निकल गया बाहर। तुसीं चिंता ना करो, चिंता ना करो, चिंता ना करो, सानूं पता सर डिबेट कित्थे फोकस करनी है, तुसीं आपदा जवाब तो दे दो ना। बिल्कुल बिल्कुल, क्योंकि बिल्कुल भी सहमत नहीं है कि जे हो रही एट्रोसिटीज हो रही सारा कुछ हो रहा, जे वह कह रहे हैं कि कुछ जगह ते हो रहा, तो मैं भी तो यही गल कह रहा ना कि असीं उस चीज लई काम करना छड्ड दईए। पुजारी सरकार थोड़ी मनाउंदी है, ये तरह का मामला है, कह रहे हो कि भारतीय जनता पार्टी ठीक ठीक है, ठीक है ठीक है, मैं ही कह रहा हूं भारतीय जनता पार्टी पुजारी नहीं बनाउंदी। हां प्रोफेसर अमरजीत सिंह, भारतीय जनता पार्टी थोड़ी पुजारी बनाउंदी है, तुसी उन्हां ते एवें इल्जाम लाई जांदे हो। ओ नहीं नहीं, ये एवें गल कर रहे टाल रहे आ, भारतीय जनता पार्टी ने 16 जिहड़े आ ओ जिहड़ा राम मंदिर दा अयोध्या दे की ओ बनिया ट्रस्ट बनिया, ट्रस्टी उत्थे बना के भेजे ते जो उत्थे तज्जियां उड्डियां इह देख लैण। मैं उत्थे दी गल तुहाडी गल कटना नहीं चाहूंगा, पर मैं तुहानूं दस्सदा ओ ट्रस्ट है पुजारी नहीं हैगे। एक मिनट, मैं राष्ट्रपति दी भी उत्थे दी गल ही कर रहा, जिथे ट्रस्टी भारतीय जनता सरकार वल्लों, पार्टी वल्लों नहीं सरकार वल्लों, ते जिहड़ी के बीजेपी दी सरकार आ, जिथे के प्रधानमंत्री गए सी, और जो उथे जो जमीना का कपड़ा वो साडे सारयां दे सामने आ कि इक्को दिन दे विच वड्डे। चलो ठीक है, मैं एक होर छोटा ब्रेक ले लवां, ब्रेक तो बाद असीं आखिरी हिस्से विच होवांगे, एक एक पॉइंट सारे मेहमानां दा लवांगे। बिट्टू दे बयान ते कमसान क्यों आ, साडा फोकस ओह है, पर
इस दे विचाले ध्रुवीकरण हो रहा पोलराइजेशन हो रही है उस पॉलिटिक्स नूं समझण दी जरूरत हैगी आ। असीं सवाल इक्को पुछ रहे बिट्टू दे बयान ते कमसान क्यों, बिट्टू दे बहाने की ने सियासत दे निशाने, वापस आके फिर पुछूंगा। एक बार फिर थोड़ा स्वागत करते हैं तो वड़ा सवाल इको पुछ रहे हैं रवनीत बिट्टू के बयान बहाने 2022 लई सियासत किहड़ा एजेंडा सैट कर रही है। सुदेश रोपड़ बड़ा सर सीधा सवाल है, पहला भी पुछ रहे हैं तो हुण आखिर तो फिर पुछ रहे हैं, कांग्रेस पार्टी रवनीत सिंह बिट्टू के बयान के नाल स्टैंड करती है? देखो पहला मैं कहना संपला साहब की गल का जवाब दे दियो रोपड़ साहब, कोई नहीं मना कर रहा सर, तुम सीधा कह दो मेरे सवाल का जवाब नहीं देना, कोई दिक्कत नहीं सर, कोई दिक्कत नहीं। देखो गल है असी जो एक्सप्लेनेशन बिट्टू जी ने दी है उसके बिल्कुल स्टैंड करते हैं भी उन्होंने यह मंशा नहीं थी, जो मंशा बनाई जा रही है जिस तरीके की प्रोजेक्शन की जा रही है। चलो दूजी गल, एक मिनट, संपला जी ने ना खुद ही कहा भी मैं मुस्करा रहा इस करके, खुद साइड ट्रैक हो रहे हैं, यह गुटका साहब की गल आके लैके आ गए। मैं इन्हों भी गल पुछनी चाहूंगा, गंगा जी के घाट से गंगा मैया जी असं पवित्र मानते हैं, गंगा मैया के घाट से खड़ के मोदी जी ने भी कहा 15 लाख खात्या आने, 2 करोड़ जॉब मिलने साल दे, फिर जेड़ा होर इदा के जेडे मामले है गंगा मैया के घाट से खड़ के मोदी जी ने भी कहे सी, मैं गंगा मैया की सेवा के लिए आया हूँ। इस करके जो उरे हो रहा है, जो सियासत हो रही है, सारे सामने नंगी चिट्टी है। और सुखदेव सिंह रोपड़ साहब, नहीं नहीं सर, क्लियर सर प्लीज आप इधर घुमाया ना करिए सर, ਅਕਾਲ ਤਖਤ ਢਾਉਣ ਵਾਲੀ ਪਾਰਟੀ ਨਾਲ ਸਟੈਂਡ ਕਰ ਸਕਦੇ ਨੇ, 84 ਸਿੱਖ ਕਤਲੇਆਮ ਨਾਲ ਸਟੈਂਡ ਕਰ ਸਕਦੇ ਨੇ, ਔਰ ਰਵਨੀਤ ਬਿੱਟੂ ਦੇ ਬਿਆਨ ਨਾਲ ਵੀ ਸਟੈਂਡ ਕਰ ਸਕਦੇ ਨੇ, ਉਹਨਾਂ ਨੇ ਕਿਸੇ ਸਰ ਕਲੀਅਰ ਸਾਹਿਬ ਸਵਾਲ ਦੁਆਰਾ ਸੁਣ ਲਓ, ਸਰ ਬੀਜੇਪੀ ਪੋਲਰਾਈਜੇਸ਼ਨ ਕਰਦੀ ਵੀ ਪੰਜਾਬ ਜਾਂ ਨਹੀਂ, ਅਕਾਲੀ ਦਲ ਅੱਗੇ ਸਟੈਂਡ ਹੈ? ਕੇਪੀ ਜੀ ਪੰਜਾਬ ਦੇ ਵਿੱਚ ਐਸੀ ਮਾੜੀ ਹਰਕਤ ਕਰਨ ਦੀ ਕੋਈ ਵੀ ਕੋਸ਼ਿਸ਼ ਕਰ ਲੇ, ਚਾਹੇ ਉਹ ਬੀਜੇਪੀ ਹੈ, ਚਾਹੇ ਕਾਂਗਰਸ ਹੈ, ਚਾਹੇ ਰਵਨੀਤ ਬਿੱਟੂ ਹੈ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਉਹਦੇ ਕਾਮਯਾਬ ਹੋ ਹੀ ਨਹੀਂ ਸਕਦਾ। ਉਰੇ ਦੇ ਲੋਕਾਂ ਨੇ ਜਵਾਬ ਨਹੀਂ ਦਿੱਤਾ, ਕਲੀਅਰ ਸਾਹਿਬ ਹਜੇ ਵੀ ਜਵਾਬ ਨਹੀਂ ਦਿੱਤਾ। ਤੁਸੀਂ ਆਪਣੇ ਮਨ ਦੇ ਵਿੱਚ ਗੱਲ ਬਿਠਾ ਲਓ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਵੰਡ ਦਾ ਟੀਕਾ ਲਾਓਗੇ ਉਹ ਟੀਕਾ ਉਰੇ ਬੇਅਸਰ ਹੈ। ਚਲੋ ਇੱਕ ਸਵਾਲ ਹੋਰ ਕਰ ਰਹੇ ਹਾਂ ਕਲੀਅਰ ਸਾਹਿਬ, ਕਿ ਬੀਜੇਪੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸ਼ਾਮਲ ਸੀ? ਕੇਪੀ ਜੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਇੰਦਰਾ ਗਾਂਧੀ ਦੇ ਹੁਕਮਾਂ ਤੇ ਹੋਇਆ, ਔਰ ਜਿੰਨੇ ਵੀ ਬੰਦੇ ਅਗਰ ਉਹਦੇ ਵਿੱਚ ਕਿਸੇ ਬੀਜੇਪੀ ਸ਼ਾਮਲ ਸੀ ਜਾਂ ਨਹੀਂ ਸਰ, ਕਲੀਅਰ ਸਾਹਿਬ ਬੀਜੇਪੀ ਸ਼ਾਮਲ ਸੀ, ਸੰਘ ਸ਼ਾਮਲ ਸੀ ਜਾਂ ਨਹੀਂ? ਸਭ ਟੈਟੇਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਹੋਇਆ, 84 ਰਾਜੀਵ ਗਾਂਧੀ ਦੇ ਹੁਕਮਾਂ ਤੇ ਹੋਇਆ। ਚਲੋ ਠੀਕ ਹੈ ਸਰ ਕਲੀਅਰ ਸਾਹਿਬ ਤੁਹਾਡਾ ਆਰਗੂਮੈਂਟ ਆ ਗਿਆ। ਪ੍ਰਸਮਜੀਤ ਸਿੰਘ ਇੱਕ ਮਿੰਟ ਪਲੀਜ਼ ਸਰ ਕਲੀਅਰ ਸਾਹਿਬ ਤੁਹਾਡਾ ਆਰਗੂਮੈਂਟ ਆ ਗਿਆ। ਪ੍ਰਸਮਜੀਤ ਸਿੰਘ, ਜਿਹੜਾ ਸਵਾਲ ਤੁਹਾਨੂੰ ਸਰ ਸਮਝ ਨਹੀਂ ਆਇਆ ਸੀਗਾ, ਹੁਣ ਸਮਝ ਆ ਗਿਆ ਪ੍ਰਸਮਜੀਤ ਸਿੰਘ, ਮੈਂ ਸਵਾਲ ਕਿਉਂ ਪੁੱਛ ਰਿਹਾ ਸੀ? ਇਹ ਗੱਲ ਤੁਹਾਡੀ ਠੀਕ ਹੈਗੀ ਆ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਇਹ ਤੇ ਹੈ ਕਿ ਪੋਲਰਾਈਜੇਸ਼ਨ ਦਾ ਜਿਹੜਾ ਜੇ ਬੀਜੇਪੀ ਖੇਡਦੀ ਆ ਤੇ ਦੂਜਿਆਂ ਨੇ ਵੀ ਕਿਹਾ, ਮੈਂ ਤੇ ਕਿਹਾ ਹੀ ਆ, ਡਿਪਟੀ ਚੀਫ ਮਿਨਿਸਟਰਾਂ ਦਾ ਅਨਾਉਂਸ ਹੋਇਆ, ਔਰ ਇਹ ਵੀ ਗੱਲ ਆ ਕਿ ਕਿਤੇ ਨਾ ਕਿਤੇ ਅਕਾਲੀ ਦਲ ਇਸ ਗੱਲ ਦਾ ਜਿਹੜਾ 25 ਸਾਲ ਦਾ 9 ਮਾਰਚ ਦਾ ਰਿਸ਼ਤਾ ਬਣਾ ਕੇ ਰੱਖਿਆ, ਉਹਦੀ ਜਵਾਬਦੇਹੀ ਜਦੋਂ ਕੋਈ ਵੀ ਕਰਦਾ ਜਿਵੇਂ ਤੁਸੀਂ ਕਰ ਰਹੇ ਆ, ਉਹਨਾਂ ਨੂੰ ਮੁਸ਼ਕਲ ਤੇ ਆਉਂਦੀ ਆ, ਉਹ ਸਿੱਧਾ ਕੋਈ ਕਹਿਣਾ ਨਹੀਂ ਚਾਹੁੰਦੇ ਹੈ। ਕਿ ਜਿਸ ਤਰ੍ਹਾਂ ਹੁਣ ਦਰਬਾਰ ਸਾਹਿਬ ਦਾ ਕਿਹਾ ਜਿਹੜਾ ਹਮਲਾ ਹੋਇਆ ਸੀਗਾ, ਉਹਦੇ 'ਚ ਪਤਾ ਹੀ ਆ ਜੱਗ ਜਾ ਰਿਹਾ, ਉਹਦੇ ਵਿੱਚ ਕੇਸ ਹੈਗੇ ਆ, ਰਜਿਸਟਰਡ ਕੇਸ ਹੈਗੇ ਆ, ਕੋਈ ਇਹ ਥੋੜ੍ਹੀ ਕਿ ਕਿਤੇ ਕੋਈ, ਪਰ ਇਹਨਾਂ ਨੂੰ ਸਾਫ਼ ਕਹਿਣਾ ਚਾਹੀਦਾ ਕਿ ਸੀਗਾ ਅਸੀਂ, ਪਰ ਜਦੋਂ ਫਿਰ ਜਦੋਂ ਕਹਿਣਗੇ ਤੇ ਫਿਰ ਕਹਿਣਗੇ ਲੋਕੀ, ਅਗਲਾ ਸਵਾਲ ਵੀ ਤੇ ਕਰਨਗੇ ਨਾ, ਫਿਰ ਇੰਨਾ ਚਿਰ 9 ਮਾਰਚ ਦਾ ਰਿਸ਼ਤਾ ਕਿਵੇਂ ਬਣਿਆ? ਇਸ ਲਈ ਗਲਤੀਆਂ ਤੇ ਕੀਤੀਆਂ, ਉਹਦਾ ਨੁਕਸਾਨ ਵੀ ਹੋਇਆ, ਪਰ ਇਹਨਾਂ ਨੂੰ ਪੁਰਾਣੀਆਂ ਗਲਤੀਆਂ ਜਿਹੜੀਆਂ ਇਹਨਾਂ ਨੂੰ ਵੀ ਆਪਣੇ ਬੋਲਡਲੀ ਮੰਨ ਲੈਣੀਆਂ ਚਾਹੀਦੀਆਂ, ਤਾਂ ਹੀ ਜਿਹੜੀ ਅੱਜ ਦਾ ਜਿਹੜਾ ਰਿਸ਼ਤਾ ਬਣਿਆ, ਜੋ ਸੁਖਬੀਰ ਸਿੰਘ ਬਾਦਲ ਕਹਿ ਰਹੇ ਆ
कि असी रोज रोज फ्रंट नहीं बदलते, असी 25 साल घट्टो घट बीजेपी ने निभाया और BSP नाल भी असी लगातार फ्रंट निभावांगे तां ही लोग भरोसा करनगे। ठीक है सांपला साहब, जिहड़ा BSP नाल अकाली दल का गठजोड़ है, तुसी उस जगह तो बिलोंग करते हो सांपला साहब जिथों बाबू कांशी राम हरां दा दी सियासत शुरू हुंदी है, सांपला साहब इस गठजोड़ ते BJP का स्टैंड की है? बहुत वधिया कीता अकाली दल ने। केपी साहब मैं तुसी एक मिनट क्या, मैं 30 सेकंड ची खत्म करूंगा, पर मैं चाहूंगा कि तुसी प्लीज इंटरप्ट ना करे, उन्हें 30-40 सेकंड जरूर दे। बोलो बोलो। देखो किसी भी पार्टी का किसी नाल भी गठजोड़ करना उन्हों का अपना अधिकार है करन, मगर वो मानसिकता जिहड़ी है उस जिहड़ी है उस गठबंधन दे मगर वो अच्छी रहे। वो जिहड़ा आ 9 मास का रिश्ता जिदा प्रोफेसर मनीत जी उन्होंने कहा, वो सच्चा हो झूठा ना हो, तो यह देखना काम BSP और अकाली दल का साडा इतने कमेंट करना कोई मतलब नहीं। आने वाले समय ची भी सारे दसा कि पहला भी जो बाबू कांशी राम जी हुई हुशियारपुर तो मैंबर पार्लियामेंट बने उस वेले भी अकाली दल और BSP ने समझौता किया, यह पहला भी एक दूसरे समझौता कर सके, वो कहड़ियां गल्लां ते टुटिया सारे नूं पता, हुण भी फ्यूचर की है मैनू नहीं पता, मैनू इतने कोई बाणी उम्मीद नहीं इस इस तों। बाकी मैं एक गल छोटी जी कह के करूंगा कि जिहड़ी बिट्टू जी आला बयान है, मैं उत्ते फिर अंते ही कहना कि जे बिट्टू दे बयान ते कांग्रेस नूं अज रोपड़ साहब उन्हां नूं बिठाता, इन्हां नूं ऑकवर्ड पोजीशन च बिठाया होया इस जगह ते, जे कांग्रेस नूं उत्ते माड़ी जी भी शर्म हुंदी ते जाखड़ साहब पार्टी दे प्रधान होण करके जां CM साहब उत्ते बयान जरूर दिंदे और उहदी निंदा जरूर करदे जो कि नहीं कीता, जिहदे मगर पार्टी दी कांग्रेस पार्टी दी जिहड़ी मंशा साफ हुंदी है, इन्हां दी मंशा दलितां लई अच्छी नहीं। रोपड़ साहब इक लास्ट मौका फिर तुहाडे लई, की तुसी इस बयान तो बिट्टू साहब नूं पिछे हटाउण नूं तैयार हो, कांग्रेस इस बयान ते पिछे हटण नूं तैयार है जां नहीं? रोपड़ साहब देखो मैं KP जी पहला भी गल कर रहा भी ये कांग्रेस पार्टी का बयान थोड़ा बिट्टू जी का बयान से, बिट्टू जी ने उस गल नूं आपे ओ कह दिता भी मैं, उन्होंने अपनी गल एक्सप्लेन कर दी, बिट्टू साहब दे बयान तो कांग्रेस पार्टी ने आपे आप नूं पासे कर लिया। जो दूजी गल जी सांपला साहब कह रहे हैं ना भी दलित आली जदों रात नूं किसी एक लड़की नाल बलात्कार तो बाद 2 बजे उन्हूं पुलिस उहदा संस्कार कर दिंदी आ हिंदू रीति रिवाजां तो बिना, यह गल्लां भी BJP दी टाइम दे विच BJP दीआं सरकारां च होईआं ने और उहनूं अज तक ना BJP ने कंडम कीता ना कदे उत्थों दे मुख्यमंत्री ने कंडम कीता, इस करके इह जदों इह दूरी वालीआं गल्लां करदे आ। प्रसाद जी गल दा जवाब जरूर देना चाहूंगा जी। हां बोलो 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 सांपला साहब फटाफट। मैं रोपड़ साहब ने गल की कि मेरे ख्याल में हथरस केस की गल कर रहा है, सो जे मैनूं पूरी मैं कह इन्होंने नाम नहीं लैना, नाम लैके दस दवा उस केस दे विच जेड़ियां जेड़ियां गल्लां CBI दी जांच दी मांग की गई वह भी दी गई, मगर यह तरन तरन का केस भुल जाते जिस SDM दे बयान होए मगर उस जगह ते SDM दे कहन दे उपर परचा होया मगर 15 साल दी लड़की दा बलात्कार होया उहदा परचा नहीं हुंदा, मानसा दे विच इक व्यक्ति नूं इक जवान मुंडे नूं पुलिस दी कस्टडी दे विच मारिया जांदा उते कुछ नहीं हुंदा, उहनां गल्लां नूं किद्दां भुल सकदा? ठीक ठीक रोपड़ साहब प्लीज रोक जाओ, बिट्टू जी दे बयान ते की कह रहे ने? बिट्टू जी वाले बयान चंगी गल है कि पोलराइजेशन तो चलो जी हुई है शुरुआत ही इस बार इस तरह की हुई है, पर उस पोलराइजेशन के अगेंस्ट जिस किस्म का गठन बनिया आ BSP का अकाली दल का जे इस तरीके जोड़न वाल चलन पंजाबियों पंजाबी जेडे साढ़े सारे फिरके आ तो वह एक पंजाब के फ्यूचर पोलिटिक्स लिए चंगी गल होगी, पर यह किन्ने का इमानदारी कर रहे हैं अकाली दल ही जाने पुरानी पोलिटिक्स जी दस रही है, ये काफ़ी पुठे सीधे काम भी कर लेंगे। चलो बहुत धन्यवाद प्रसमजीत सिंह, सुदेश रोपड़ तुहाडा बहुत धन्यवाद, साहिल सांपला तुहाडा बहुत धन्यवाद, अर्शीव सिंह कलेर तुहाडा बहुत धन्यवाद। इस डिबेट तुसी सारी सुन ली है, इस डिबेट दे विच तुहानू सब कुछ पता लग गया कि कुछ होने जा रहा, मैं ज़्यादा कुछ नहीं कहूँगा। 2022 दे विच धर्म दे नाते वोटां पैणियां, तुसी पाउणियां जां नहीं पाउणियां फैसला तुसी करना। बहुत धन्यवाद।